ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਖ਼ਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਜੀ ਮੌਜੂਦ ਨੇ। ਕੁਝ ਅਹਿਮ ਮੁੱਦਿਆਂ ਦੇ ਉੱਤੇ ਅਸੀਂ ਚਰਚਾ ਕਰਾਂਗੇ। ਉਮੀਦ ਹੈ ਕਿ ਤੁਸੀਂ ਇਸ ਚਰਚਾ ਤੋਂ ਬਾਅਦ ਆਪਣੇ ਵਿਚਾਰ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਜ਼ਰੂਰ ਕਰੋਗੇ। ਸਵਾਗਤ ਹੈ ਤੁਹਾਡਾ ਗਿੱਲ ਸਾਹਿਬ। ਥੈਂਕ ਯੂ ਸੋ ਮਚ ਸੁਖਵਿੰਦਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣ ਲਿਆ ਹੋਣਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਮੁਆਫੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਮੀਡੀਆ ਦੇ ਵਿੱਚ ਆ ਕੇ ਕੀ ਗਿਆ, ਉਹੀ ਗੱਲਾਂ ਕਿ ਕੀ ਸੁਖਬੀਰ ਸਿੰਘ ਬਾਦਲ ਅਸਤੀਫਾ ਦੇਣਗੇ। ਉਹ ਕਹਿੰਦੇ ਕਿ ਬੀਜੇਪੀ ਤੋਂ ਪੁੱਛ ਕੇ ਅਸੀਂ ਜਿਹੜਾ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਕਿ ਅਕਾਲੀ ਦਲ ਦੇ ਨਾਲ ਅੱਗੇ ਤੁਰਨ ਦੀ ਗੱਲ, ਜਾਂ ਜਿਸ ਵੀ ਤਰੀਕੇ ਨਾਲ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ ਕੋਈ ਮੀਟਿੰਗ ਵੀ ਸੱਦੀ ਹੋਈ ਹੈ। ਗਿੱਲ ਸਾਹਿਬ, ਇਸ ਮਾਫੀ ਦੇ ਸਾਰੇ ਸੀਨ ਨੂੰ ਤੁਸੀਂ ਕਿਸ ਤਰ੍ਹਾਂ ਵਾਚਦੇ ਹੋ? ਵਿੱਚ ਢੀਂਡਸਾ ਸਾਹਿਬ ਦੀ ਭੂਮਿਕਾ ਜਾਂ ਬੀਜੇਪੀ ਦੀ ਭੂਮਿਕਾ, ਕਿ ਪਿੱਛਲ ਜਿਹੜਾ ਪਿਛਲੇ ਪਾਸਿਓਂ ਜਿਹੜਾ ਉਹ ਕਿਸੇ ਢੰਗ ਦੇ ਨਾਲ ਕੰਮ ਕਰ ਰਹੀ ਹੈ, ਜਾਂ ਬੀਬੀ ਜਗੀਰ ਕੌਰ ਹੋਰਾਂ ਦੀ ਭੂਮਿਕਾ, ਓਵਰਆਲ ਸਾਰੇ ਸੀਨ ਨੂੰ ਕਿਵੇਂ ਸਮਝਦੇ? ਦੇਖੋ ਬਈ, ਜਦੋਂ 103ਵਾਂ ਸਾਲ ਮਨਾ ਰਹੇ ਸੀਗੇ ਸਥਾਪਨਾ ਦਿਵਸ ਅਕਾਲੀ ਦਲ ਦਾ, ਉੱਥੇ ਬਾਬਾ ਗੁਰਬਖਸ਼ ਸਿੰਘ ਦੇ ਸਥਾਨ ਤੋਂ ਜਿਸ ਤਰ੍ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਪੋਲੀਟੀਕਲ ਤਕਰੀਰ ਕੀਤੀ ਹੈ, ਜਿਹੜੀ ਕਿ ਕਦੀ ਪਹਿਲੇ ਇਸ ਤਰ੍ਹਾਂ ਦੀ ਤਕਰੀਰ ਉੱਥੋਂ ਹੋਈ ਨਹੀਂ, ਅਦਰ ਦੈਨ ਜਥੇਦਾਰ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਉਹਨਾਂ ਨੇ ਉੱਥੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਮੂਹ ਹੈਗਾ ਦਰਬਾਰ ਸਾਹਿਬ ਉੱਥੋਂ ਇੱਦਾਂ ਦੀ ਕਦੀ ਕੋਈ ਪੋਲੀਟੀਕਲ ਨਹੀਂ ਹੋਈ। ਜਿਹੜੀ ਇਹਨਾਂ ਨੇ ਪਹਿਲੀ ਵਾਰੀ ਇੰਨੀ ਲੰਮੀ ਤਕਰੀਰ ਕਰਕੇ ਇਹਨਾਂ ਨੇ ਉਹ ਪਿਰਤ ਤੋੜੀ ਹੈਗੀ ਆ, ਮਤਲਬ ਕਿ ਇਹ ਸ਼ੋਅ ਕਰਦਾ ਕਿ ਜਿਹੜੀ ਜਥੇਬੰਦੀ ਜਥੇਦਾਰ ਝਪਾਲ ਤੋਂ ਸ਼ੁਰੂ ਹੋਈ ਸੀਗੀ, ਅੱਜ ਉਹ ਆ ਕੇ ਸਰਦਾਰ ਸੁਖਬੀਰ ਸਿੰਘ ਬਾਦਲ 'ਤੇ ਆ ਕੇ ਖੜੀ ਹੈਗੀ ਹੈ। ਜਥੇਦਾਰੀ ਤੋਂ ਸਰਦਾਰੀ ਵਿੱਚ ਅਕਾਲੀ ਦਲ ਦੀ ਕਮਾਂਡ ਬਦਲ ਗਈ ਹੋਈ ਆ। ਇਹ ਇੱਕ ਬਹੁਤ ਅਹਿਮ ਕਦਮ ਹੈ, ਕਿਉਂਕਿ ਅੱਗੇ ਹਮੇਸ਼ਾ ਜਿਹੜਾ ਅਕਾਲੀ ਦਲ ਦਾ ਜਥੇਦਾਰ ਬਣਦਾ ਸੀਗਾ ਉਹ ਪ੍ਰੈਜੀਡੈਂਟ, ਉਹਨੂੰ ਜਥੇਦਾਰ ਕਿਹਾ ਜਾਂਦਾ ਸੀਗਾ। ਇਹ ਜਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਪਿਰਤ ਤੋੜੀ ਹੈ, ਜਦੋਂ ਉਹਨਾਂ ਨੇ ਪੂਰੀ ਤਰ੍ਹਾਂ 1996 'ਚ ਇਸ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਮਾਂਡ ਸੰਭਾਲੀ ਹੈ, ਕਿਉਂਕਿ ਸ਼੍ਰੋਮਣੀ ਮਨ ਅਕਾਲੀ ਦਲ ਬਾਦਲ ਹੈਗਾ ਕਿ ਇਹ ਅੱਜ ਵੀ ਬਾਕੀ ਸਾਰੇ ਫੈਕਸ਼ਨਸ ਦਾ ਬਹੁਤ ਨੇ ਅਕਾਲੀ ਦਲ ਦੇ ਵਿੱਚ, ਬਾਕੀਆਂ ਨਾਲੋਂ ਸਾਰਿਆਂ ਨਾਲੋਂ ਇਹਨਾਂ ਦੀ ਸਟਰੈਂਥ ਵਾਈਸ ਅਤੇ ਇਹਨਾਂ ਦਾ ਪਾਵਰ ਵਿੱਚ ਰਹਿਣਾ, ਉਹਦੇ ਨਾਲ ਇਹਨਾਂ ਦੀ ਸਾਰਿਆਂ ਨਾਲੋਂ ਜ਼ਿਆਦਾ ਅਹਿਮੀਅਤ ਇਸ ਅਕਾਲੀ ਦਲ ਦੀ ਹੈਗੀ ਆ। ਸੋ ਇਸ ਕਰਕੇ ਮਤਲਬ ਕਿ ਇਹੀ ਕਹਿ ਸਕਦੇ ਹਾਂ ਕਿ ਇਹ ਜਥੇਦਾਰ ਝਪਾਲ ਤੋਂ ਅੱਗੇ ਆ ਕੇ ਇਹਨਾਂ ਕੋਲ ਕਮਾਂਡ ਆ ਗਈ। ਜੇ ਰਹੀ ਗੱਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ, ਉਹਨਾਂ ਦੀ ਮੈਂ ਸੁਣੀ ਆ, ਸਾਰੀ ਇੰਟਰਵਿਊ ਵਗੈਰਾ ਵੀ ਸੁਣੀ ਆ, ਮਤਲਬ ਕਿ ਉਹਨਾਂ ਨੇ ਜਿਹੜੇ ਮੁੱਦੇ ਉਠਾਏ ਸੀਗੇ ਕਿ ਸੁਖਬੀਰ ਸਿੰਘ ਬਾਦਲ ਸਟੈਪ ਡਾਊਨ ਕਰੇ, ਉਸ ਤੋਂ ਬਾਅਦ ਰੀਓਰਗਨਾਈਜ਼ ਹੋਵੇ ਅਕਾਲੀ ਦਲ, ਅਤੇ ਇਹਨਾਂ ਨੂੰ ਮੋਰਲ ਰਿਸਪੋਂਸੀਬਿਲਟੀ ਚੱਕਣੀ ਚਾਹੀਦੀ ਆ ਵੀ ਜਿਸ ਕਰਕੇ ਅਕਾਲੀ ਦਲ ਦੀ ਅੱਜ ਜਿਸ ਤਰ੍ਹਾਂ ਦੀ ਪੋਜੀਸ਼ਨ ਆ ਉਹ ਬਣੀ ਹੈਗੀ ਆ, ਅਤੇ ਜਿਸ ਮੁਕਾਮ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਖੜਾ ਹੈਗਾ, ਪਰ ਉਹਨਾਂ ਵੱਲੋਂ ਇਹ ਕਹਿਣਾ ਕਿ ਅਸੀਂ ਫੈਸਲਾ ਕਰਨ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਦੇ ਨਾਲ ਡਿਸਕਸ ਕਰਾਂਗੇ, ਇਹ ਸ਼ੋਅ ਕਰਦਾ ਵੀ ਆਪਣੀ ਸਿਆਸਤ ਕਿੱਥੋਂ ਤੱਕ ਕਰਵਟ ਲੈ ਚੁੱਕੀ ਆ ਕਿ ਅੱਜ ਆਪਣੇ ਪੰਥਕ ਮਸਲੇ ਵੀ ਡਿਸਾਈਡ ਕਰਨ ਲਈ ਆਪਾਂ ਨੂੰ RSS ਦੀ ਜਮਾਤ ਤੋਂ ਪੁੱਛਣਾ ਪੈ ਰਿਹਾ। ਮੈਨੂੰ ਇੱਥੇ ਪ੍ਰੋਫੈਸਰ ਮਨਜੀਤ ਸਿੰਘ ਦੀ ਗੱਲ ਯਾਦ ਆਉਂਦੀ ਆ, ਜਿਹੜੇ ਕਿਸੇ ਟਾਈਮ 'ਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਰਹੇ ਆ ਅਤੇ ਜਥੇਦਾਰ ਕੇਸਗੜ੍ਹ ਸਾਹਿਬ ਵੀ ਰਹੇ ਆ, ਕਿ ਉਹਨਾਂ ਨੇ ਕਿਹਾ ਸੀ ਕਿ 1999 'ਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ 300 ਸਾਲਾਂ ਮਨਾਇਆ ਅਤੇ
ਉਦੋਂ ਜਿਸ ਤਰ੍ਹਾਂ ਦੀ ਭੂਮਿਕਾ RSS ਚਾਹੁੰਦੀ ਸੀ ਵੀ ਮੈਂ ਉਸ ਤਰ੍ਹਾਂ ਦੀ ਭੂਮਿਕਾ ਉਹਨਾਂ ਨੂੰ ਲੈਣ ਨਹੀਂ ਦਿੱਤੀ, ਪਰ ਉਹ ਜਾਣ ਲੱਗੇ ਮੈਨੂੰ ਕਹਿ ਕੇ ਗਏ ਸੀ ਵੀ ਹੁਣ ਤਾਂ ਤੁਸੀਂ ਸਾਨੂੰ ਇੱਥੋਂ ਰੋਕ ਰਹੇ ਹਾਂ। ਪਰ ਉਹ ਦਿਨ ਵੀ ਆਊਗਾ ਕਿ ਜਦੋਂ ਸਾਰੀ ਜਿਹੜੀ ਪੰਥਕ ਸਿਆਸਤ ਆ, ਈਵਨ ਜਥੇਦਾਰ ਅਕਾਲ ਤਖਤ ਸਾਹਿਬ, ਇਹ ਸਾਡੀ ਵਿਸ਼ ਮੁਤਾਬਕ ਲੱਗੂਗਾ ਅਤੇ ਉਸ ਵਿਸ਼ ਮੁਤਾਬਕ ਚੱਲੂਗਾ। ਉਹ ਹੁਣ ਆਪਣੇ ਸਾਹਮਣੇ ਤਸਵੀਰ ਉਹ ਦੁਬਾਰਾ ਉੱਭਰ ਰਹੀ ਹੈ ਸੁਖਵਿੰਦਰ। ਬਿਲਕੁਲ, ਜਦੋਂ ਤੱਕ ਸਵਾਲ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੀ, ਗਿੱਲ ਸਾਹਿਬ ਇਹ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਕਿ ਬਾਦਲ ਪਰਿਵਾਰ ਨੂੰ ਮਨਫੀ ਕਰ ਦਿੱਤਾ ਜਾਵੇ ਪੰਥਕ ਸਿਆਸਤ ਦੇ ਵਿੱਚੋਂ, ਜਾਂ ਜਦੋਂ ਹੁਣ ਢੀਂਡਸਾ ਸਾਹਿਬ ਨੇ ਵੀ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਤਾ, ਤਾਂ ਇਹ ਵੀ ਬਹੁਤ ਸਾਰੇ ਸਵਾਲ ਖੜੇ ਕਰਦਾ ਕਿ ਕੀ ਇਹ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਖਤਮ ਕਰਨ ਵਾਲੇ ਪਾਸੇ ਤੁਰਿਆ ਜਾ ਰਿਹਾ, ਜਾਂ ਫਿਰ ਇਹਦੇ ਪਿੱਛੇ ਕੀ ਹੈ ਕਿ ਲੋਕਾਂ ਦੇ ਮਨਾਂ ਚੋਂ ਤਾਂ ਉਤਰਨਗੇ, ਲੋਕਾਂ ਨੇ ਤਾਂ ਉਸ ਤਰੀਕੇ ਨਾਲ ਛੇਕ ਦਿੱਤਾ, ਲੋਕਾਂ ਨੇ ਸਿਆਸਤ ਦੇ ਵਿੱਚ ਉਹਨਾਂ ਦੀ ਜਿਹੜੀ ਰਹਿੰਦੀ ਖੁੰਦੀ ਮਾੜੀ ਮੋਟੀ ਕਸਰ ਸੀ ਉਹ ਵੀ ਕੱਢ ਦਿੱਤੀ ਹੈ, ਪਰ ਇਹਦੇ ਬਾਵਜੂਦ ਜਦੋਂ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆਉਂਦੀਆਂ ਕਿ ਸੁਖਬੀਰ ਬਾਦਲ ਨੂੰ ਲਾਂਭੇ ਹੋਣਾ ਹੀ ਚਾਹੀਦਾ। ਸਰ, ਸੁਖਬੀਰ ਸਿੰਘ ਬਾਦਲ ਨੇ ਜਿਸ ਤਰ੍ਹਾਂ ਉੱਥੇ ਇਕਬਾਲ ਕੀਤਾ, ਅਕਨੋਲੇਜ ਕੀਤਾ ਪਹਿਲੀ ਵਾਰੀ ਕਿ ਸਾਡੇ ਤੋਂ ਸ਼ਾਇਦ ਜਾਣੇ ਜਾਂ ਅਣਜਾਣੇ ਵਿੱਚ ਕੋਈ ਗਲਤੀ ਹੋਈ ਹੋਵੇ, ਜਦਕਿ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਇਹ ਮੰਨਣਾ ਚਾਹੀਦਾ ਸੀ ਵੀ ਸਾਡੇ ਤੋਂ ਜਦੋਂ ਸਾਡੀ ਗਵਰਨੈਂਸ ਸੀਗੀ, ਅਸੀਂ ਇਸ ਇਸ਼ੂ ਬਾਰੇ, ਜਿਹੜਾ ਬੇਅਦਬੀ ਦਾ ਮੁੱਖ ਇਸ਼ੂ ਹੈਗਾ ਵੀ ਉਸ ਬਾਰੇ ਅਸੀਂ ਜਿਸ ਤਰ੍ਹਾਂ ਦੀ ਅਸੀਂ ਸੰਜੀਦਗੀ ਦਿਖਾਉਣੀ ਚਾਹੀਦੀ ਸੀ ਉਹ ਨਹੀਂ ਦਿਖਾ ਸਕੇ। ਮਤਲਬ ਕਿ ਜੇ ਤੁਸੀਂ ਮਾਫ਼ੀ ਮੰਗਣੀ ਹੈਗੀ ਆ ਤਾਂ ਉਹ ਬੜੀ ਸਪੈਸੀਫਿਕ ਹੋਣੀ ਚਾਹੀਦੀ ਆ। ਇਹਨਾਂ ਨੇ ਵੇਗ, ਮਤਲਬ ਕਿ ਇੱਕ ਤਰ੍ਹਾਂ ਨਾਲ ਕੋਈ ਉਹਦੀ ਸਪਸ਼ਟਤਾ ਨਹੀਂ ਸੀਗੀ, ਉਹ ਜਿਸ ਤਰ੍ਹਾਂ ਦੀ ਸਪਸ਼ਟਤਾ ਆਪਣੇ ਸਾਹਮਣੇ ਆਉਣੀ ਚਾਹੀਦੀ ਸੀ ਉਸ ਤਰ੍ਹਾਂ ਦੀ ਸਪਸ਼ਟਤਾ ਹੈ ਨਹੀਂ। ਈਵਨ ਬੀਬੀ ਜਗੀਰ ਕੌਰ ਜਿਹੜੇ ਕਿ ਪਹਿਲੇ ਐਸ ਜੀ ਪੀ ਸੀ ਦੇ ਪ੍ਰਧਾਨ ਰਹੇ ਆ ਅਤੇ ਹੁਣ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ ਐਕਸਪੈਲ ਕੀਤਾ ਗਿਆ ਹੋਇਆ, ਉਹਨਾਂ ਨੇ ਵੀ ਆਪਣੀ ਜਿਹੜੀ ਤਾਜ਼ਾ ਇੰਟਰਵਿਊ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਜਿਸ ਤਰ੍ਹਾਂ ਦੀ ਮਾਫ਼ੀਨਾਮਾ ਜਾਂ ਜਾਣੇ ਅਣਜਾਣੇ ਵਿੱਚ ਕਿਹਾ ਗਿਆ ਹੈਗਾ ਉਹ ਮਰਿਆਦਾ ਦੇ ਉਲਟ ਆ, ਵੀ ਮਰਿਆਦਾ ਮੁਤਾਬਕ ਜੇ ਇਹਨਾਂ ਨੇ ਕੋਈ ਵੀ ਭੁੱਲ ਬਖਸ਼ਾਉਣੀ ਆ, ਚਾਹੇ ਜਾਣੇ ਆ ਚਾਹੇ ਅਣਜਾਣੇ, ਤਾਂ ਉਹਦੇ ਲਈ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਸਨਮੁਖ ਹੋਣਾ ਪਊਗਾ। ਤੇ ਜਿਸ ਉਹਨਾਂ ਨੇ ਜਿਸ ਪਲੈਟਫਾਰਮ ਤੋਂ ਇਹ ਸਪੀਚ ਦਿੱਤੀ ਹੈਗੀ ਆ ਉਹ ਪਲੈਟਫਾਰਮ ਇਸ ਲਈ ਬਣਿਆ ਹੀ ਨਹੀਂ ਹੋਇਆ, ਸੋ ਇਸ ਕਰਕੇ ਇਹ ਇੱਕ ਆਪਣੇ ਆਪ ਵਿੱਚ ਪੰਥਕ ਉਲੰਘਣਾ ਹੈਗੀ ਆ। ਇਹ ਬੀਬੀ ਜਗੀਰ ਕੌਰ ਦੇ ਬਿਆਨ ਨੇ, ਕਿਉਂਕਿ ਉਹ ਕਹਿੰਦੇ ਮੈਂ ਵਿੱਚ ਰਹੀ ਹਾਂ, ਮੈਨੂੰ ਸਾਰਾ ਹੀ ਮਰਿਆਦਾ ਦਾ ਗਿਆਨ ਆ, ਜੋ ਮੈਂ ਵੀ ਉਹਨਾਂ ਨਾਲ ਇੰਡੋਰਸ ਕਰਦਾ ਕਿ ਜੋ ਉਹਨਾਂ ਨੇ ਕਿਹਾ ਸਹੀ ਕਿਹਾ ਹੈਗਾ, ਕਿਉਂਕਿ ਜਿੱਥੋਂ ਮੈਂ ਪਹਿਲੇ ਵੀ ਜ਼ਿਕਰ ਕੀਤਾ ਕਿ ਜਿੱਥੋਂ ਇੱਥੇ ਅੰਦਰ ਕਿਤੇ ਵੀ ਪੋਲੀਟੀਕਲੀ ਕਾਨਫਰੰਸ ਕੋਈ ਹੁੰਦੀ ਨਹੀਂ ਹੈ, ਜੇ ਇਹਨਾਂ ਨੇ ਇੱਦਾਂ ਦੀ ਕਰਨੀ ਵੀ ਸੀ ਤਾਂ ਇਹਨਾਂ ਨੂੰ ਮੰਜੀ ਸਾਹਿਬ ਪਹਿਲੇ ਇਜ਼ਹਾਰ ਕਰਨਾ ਚਾਹੀਦਾ ਸੀ ਜਾ ਕੇ, ਉਸ ਤੋਂ ਬਾਅਦ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ ਅਤੇ ਜਥੇਦਾਰ ਸਾਹਿਬ ਨੂੰ ਪਹਿਲੇ ਇਤਲਾਹ ਕਰਨੀ ਚਾਹੀਦੀ ਸੀ ਕਿ ਮੈਂ ਪੇਸ਼ ਹੋਣਾ ਚਾਹੁੰਦਾ। ਆਪਾਂ ਭੁੱਲ ਜਾਂਦੇ ਹਾਂ ਸੁਖਵਿੰਦਰ ਕਿ ਇੱਥੇ ਗਿਆਨੀ ਜੈਲ ਸਿੰਘ ਹੋਣਾ ਨੇ ਵੀ ਤਖ਼ਤੀ ਪਵਾਈ ਸੀਗੀ, ਇਸੇ ਤਖ਼ਤ ਦੇ ਸਾਹਮਣੇ ਬੂਟਾ ਸਿੰਘ ਜਿਹੜੇ ਹੋਮ ਮਿਨਿਸਟਰ ਰਹੇ ਆ ਉਹਨਾਂ ਨੇ ਵੀ ਤਖ਼ਤੀ ਪਵਾਈ ਸੀ, ਮਾਫ਼ੀ ਮੰਗੀ ਸੀਗੀ। ਇਸੇ ਤਰ੍ਹਾਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਜਿਹੜੇ ਚੀਫ ਮਿਨਿਸਟਰ ਰਹੇ ਆ ਪੰਜਾਬ ਦੇ ਅਕਾਲੀ ਦਲ ਦੇ,
ਉਹਨਾਂ ਵੱਲੋਂ ਵੀ ਜੋ ਕੁਤਾਹੀ ਹੋਈ ਸੀ ਤਾਂ ਉਹਨਾਂ ਨੇ ਵੀ ਤਖਤੀ ਪਾ ਕੇ ਆਪਣੇ ਵੱਲੋਂ ਮਾਫ਼ੀ ਮੰਗੀ ਸੀਗੀ। ਇਹ ਵੀ ਆਪਾਂ ਨੂੰ ਇਤਿਹਾਸ ਪੱਖੋਂ ਯਾਦ ਰੱਖਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਵੀ ਅਕਾਲ ਤਖ਼ਤ ਸਾਹਿਬ ਸਾਹਮਣੇ ਜਦੋਂ ਤਲਬ ਹੋਏ ਨੇ ਤਾਂ ਆ ਕੇ ਝੁਕੇ ਨੇ, ਅਤੇ ਉਹਨਾਂ ਨੇ ਜੋ ਸਜ਼ਾ ਬਣਦੀ ਸੀ ਉਹ ਸਜ਼ਾ ਅੱਗੇ ਸਿਰ ਨਵਾਇਆ ਹੈਗਾ। ਸੋ ਇਹ ਕੋਈ ਐਕਸੈਪਸ਼ਨ ਨਹੀਂ ਹੈਗਾ ਸਰਦਾਰ ਸੁਖਬੀਰ ਸਿੰਘ ਬਾਦਲ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਮਾਫ਼ੀ ਵਜੋਂ ਕਹਿਣਾ ਇਹ ਆਪਣੇ ਆਪ 'ਚ ਹੀ ਨਵੇਂ ਵਿਵਾਦ ਖੜ੍ਹੇ ਕਰ ਰਿਹਾ ਹੈ। ਅੱਛਾ, ਇਹਦੇ ਵਿੱਚ ਇੱਕ ਹੋਰ ਗੱਲ ਹੈ ਕਿ ਸਿਰਫ ਬਾਦਲ ਪਰਿਵਾਰ ਹੀ ਮਾਫ਼ੀ ਕਿਉਂ ਮੰਗੇ? ਜਿਨ੍ਹਾਂ ਨੇ ਨਾਲ ਵਜ਼ੀਰੀਆਂ ਹੰਢਾਈਆਂ, ਜਿਨ੍ਹਾਂ ਨੇ ਨਾਲ ਸੱਤਾ ਹੰਢਾਈ, ਉਹ ਵੀ ਤੇ ਨਾਲੋ ਨਾਲ ਸੀਗੇ। ਠੀਕ ਹੈ ਕਿ ਬਾਅਦ ਵਿੱਚ ਉਹ ਪੱਲਾ ਛਡਾ ਗਏ ਜਾਂ ਪਾਸਾ ਵੱਟ ਗਏ ਜਾਂ ਉਹਨਾਂ ਨੂੰ ਕੱਢ ਦਿੱਤਾ ਗਿਆ, ਸਾਰਾ ਕੁਛ ਹੋਇਆ। ਕੀ ਉਹਨਾਂ ਸਾਰਿਆਂ ਦੀ ਭੂਮਿਕਾ ਨਹੀਂ ਬਣਦੀ ਇਸ ਸਭ ਦੇ ਵਿੱਚ ਕਿ ਉਹ ਵੀ ਗੁਨਾਹਗਾਰ ਨੇ? ਬਿਲਕੁਲ, ਸਮੂਹਿਕ ਤੌਰ ਤੇ ਅਕਾਲੀ ਦਲ ਨੂੰ ਇਹ ਮਾਫ਼ੀ ਮੰਗਣੀ ਪਊਗੀ ਕਿ ਜਿਹੜਾ 2015 ਚ ਇੰਸੀਡੈਂਟ ਹੋਇਆ, ਉਸ ਤੋਂ ਬਾਅਦ ਜੋ ਬੇਅਦਬੀ ਦੀ ਘਟਨਾ ਹੋਈ, ਜਿਸ ਤਰ੍ਹਾਂ ਉਹਦੀ ਤਫਤੀਸ਼ ਹੋਈ, ਇਹਨਾਂ ਨੇ ਤਫਤੀਸ਼ CBI ਨੂੰ ਦਿੱਤੀ, CBI ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ, ਉਹ ਸਾਰੀ ਸ਼ੋਅ ਕਰਦੀ ਆ ਕਿ ਇਹਨਾਂ ਦੀ ਕਾਰਜਕਾਰੀ ਤੇ ਬੜੇ ਵੱਡੇ ਪ੍ਰਸ਼ਨ ਚਿੰਨ ਖੜੇ ਹੁੰਦੇ ਨੇ। ਕਿਉਂਕਿ ਮੈਨੂੰ ਯਾਦ ਆ ਸੁਖਵਿੰਦਰ ਕਿ ਉਦੋਂ ਸਰ ਸੁਖਬੀਰ ਸਿੰਘ ਬਾਦਲ ਨੇ ਮੇਰੇ ਨਾਲ ਗੱਲ ਕੀਤੀ ਆ CBI ਨੂੰ ਕੇਸ ਦੇਣ ਤੋਂ ਪਹਿਲੇ, ਤੇ ਮੈਂ ਬੜਾ ਕੈਟਾਗੋਰੀਕਲੀ ਸਪਸ਼ਟਤਾ ਦੇ ਨਾਲ ਇਹ ਕਿਹਾ ਸੀਗਾ ਕਿ ਕਦੀ ਤੁਸੀਂ CBI ਨੂੰ ਕੇਸ ਦੇ ਕੇ ਤੁਸੀਂ ਟਾਈਮ ਪਾਸ ਕਰਨਾ ਚਾਹੁੰਦੇ ਆ, ਇਹ ਕਦੀ ਗਲਤੀ ਕਰਿਓ ਨਾ। ਕਿਉਂਕਿ ਮੈਂ ਉਹਨਾਂ ਦਿਨਾਂ 'ਚ ਜਦੋਂ ਇਹ ਘਟਨਾ ਹੋਈ ਆ, ਮੈਂ ਬੜਾ ਕਲੋਜ਼ਲੀ ਐਸੋਸੀਏਟਡ ਸੀਗਾ, ਕਿਉਂਕਿ ਮੈਨੂੰ ਇਹ ਪੁੱਛ ਰਹੇ ਸੀਗੇ ਐਡਵਾਈਸ ਬਾਰੇ, ਅਤੇ ਮੈਂ ਇਸ ਬਾਰੇ ਬੜਾ ਕਲੀਅਰ ਸੀਗਾ ਕਿ ਜੋ ਸਟੈਪਸ ਇਹ ਚੱਕ ਰਹੇ ਨੇ ਉਹਦੇ ਨਾਲ ਕਨਫਰੰਟੇਸ਼ਨ ਪੰਥ ਨਾਲ ਵਧੂਗੀ। ਉਸ ਚੀਜ਼ ਨੂੰ ਇਹਨਾਂ ਨੇ ਦਰਕਿਨਾਰ ਕਰਕੇ ਇਹ ਵਧੇ ਨੇ, ਅਤੇ ਉਹਦਾ ਨਤੀਜਾ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਹੈਗਾ। ਤੇ ਗਿੱਲ ਸਰ, ਜਿਹੜੀ ਹੁਣ ਤੁਸੀਂ ਕਿਹਾ ਕਿ ਮੁਆਫ਼ੀ ਮੰਗਣ ਤੋਂ ਬਾਅਦ ਇਹ ਮਸਲਾ ਜਿਹੜਾ ਉਹ ਹੋਰ ਵੀ ਉਲਝਦਾ ਨਜ਼ਰ ਆਉਂਦਾ, ਕਿਉਂਕਿ ਵਿਰੋਧੀਆਂ ਨੇ ਤਾਂ ਕਹਿ ਹੀ ਦਿੱਤਾ ਕਿ ਦੇਖੋ ਅਸੀਂ ਤੇ ਪਹਿਲਾਂ ਹੀ ਕਹਿੰਦੇ ਸੀ ਕਿ ਇਹਨਾਂ ਨੇ ਗੁਨਾਹ ਕੀਤੇ ਨੇ, ਇਹ ਵਿੱਚ ਮਿਲੇ ਨੇ, ਤੇ ਫਿਰ ਹੁਣ ਇਹ ਮਸਲਾ ਹੋਰ ਕਿਹੜੇ ਪਾਸੇ ਵੱਲ ਨੂੰ ਜਾ ਸਕਦਾ, ਜਾਂ ਇਹਨੂੰ ਹੋਰ ਕੌਣ ਵਰਤ ਸਕਦਾ, ਕਿਸ ਢੰਗ ਨਾਲ ਇਹਨੂੰ ਵਰਤਿਆ ਜਾ ਸਕਦਾ ਕਿ ਅਕਾਲੀ ਦਲ ਦੀ ਸਿਆਸਤ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਏਗੀ? ਫਿਰ ਹਜੇ ਵੀ ਇਹ ਸੁਲਝਾਇਆ ਜਾ ਸਕਦਾ ਜੇ ਇਹ ਅਕਾਲ ਤਖ਼ਤ ਸਾਹਿਬ ਤੋਂ ਪਹਿਲੇ ਆਪਣੇ ਵੱਲੋਂ ਚਿੱਠੀ ਲਿਖ ਕੇ ਟਾਈਮ ਲੈਣ ਤੇ ਜਾ ਕੇ ਉਹਨਾਂ ਸਾਹਮਣੇ ਸਪਸ਼ਟਤਾ ਦੇਣ, ਉਹਨਾਂ ਅੱਗੇ ਜਾ ਕੇ ਆਪਣੀ ਗਲਤੀ ਦਾ ਇਕਬਾਲ ਕਰਨ। ਬਟ ਉਹ ਸਪੈਸਿਫਿਕ ਕਰਨੀ ਪਊਗੀ ਵੀ ਕਾਹਦੇ ਬਾਰੇ ਉਹ ਆਪਣੀ ਗਵਰਨੈਂਸ ਬਾਰੇ ਮੰਗ ਰਹੇ ਹੈਗੇ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਜਸਟਿਸ ਜੋਰਾ ਸਿੰਘ ਦੀ ਕਮਿਸ਼ਨ ਨੂੰ ਰੋਲਿਆ ਜਾਂ ਹੋਰ ਇਸ ਤਰ੍ਹਾਂ ਦੇ ਸਟੈਪਸ ਚੱਕੇ, ਅਣਪਛਾਤੀ ਪੁਲਿਸ ਵੱਲੋਂ ਚਲਾਈਆਂ ਗੋਲੀਆਂ, ਕਦੀ ਪੁਲਿਸ ਵੀ ਅਣਪਛਾਤੀ ਹੋਈ ਆ, ਕਦੀ ਉਹ ਜਿਹੜਾ ਉਸ ਹਥਿਆਰਾਂ ਦੇ ਨਾਲ ਇਹਨਾਂ ਨੇ ਛੇੜਛਾੜ ਕੀਤੀ ਗਈ ਇਹਨਾਂ ਦੀ ਸਰਕਾਰ ਦੌਰਾਨ, ਵੀ ਜਿੱਥੋਂ ਗੋਲੀਆਂ ਚੱਲੀਆਂ ਸੀਗੀਆਂ, ਉਸ ਤਰ੍ਹਾਂ ਦੇ ਕਿੰਨੀਆਂ ਹੀ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਗਈਆਂ ਨੇ, ਜਾਂ ਜਿਹੜੇ ਸਬੂਤ ਸੀਗੇ ਉਹ ਮਿਟਾਏ ਗਏ ਹੈਗੇ ਆ, ਜਿਹੜੇ ਲੋਕੀ ਦੋਸ਼ੀ ਮੰਨੇ ਜਾ ਰਹੇ ਸੀਗੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਆ, ਇਹ ਵੀ ਦੱਸਣਾ ਪਊਗਾ ਸੁਖਵਿੰਦਰ ਕਿ ਜਿਹੜਾ ਚਸ਼ਮਦੀਤ ਗਵਾਹ ਸੀਗਾ ਗੁਰਦੇਵ ਪ੍ਰੇਮੀ, ਜਿਹਦੀ ਦੁਕਾਨ ਬਿਲਕੁਲ ਬੁਰਜ ਜਵਾਹਰ ਸਿੰਘ ਵਾਲਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ, ਉਹਨੂੰ ਕਿਸ ਤਰ੍ਹਾਂ ਇਹਨਾਂ ਨੇ ਪ੍ਰੋਟੈਕਟ ਕੀਤਾ, ਅਲਟੀਮੇਟਲੀ ਉਹਦਾ ਕਤਲ ਹੋ ਗਿਆ।
ਤੇ ਕਤਲ ਤੋਂ ਬਾਅਦ ਉਹਦੀ ਘਰਵਾਲੀ ਨੂੰ ਇਹਨਾਂ ਨੇ 10 ਲੱਖ ਰੁਪਇਆ ਮੁਆਵਜ਼ਾ ਦਿੱਤਾ, ਉਹ ਕਿਹੜੀ ਹੈਸੀਅਤ 'ਚ ਦਿੱਤਾ ਅਤੇ ਕੀ ਕਾਰਨਾ ਕਰਕੇ ਦਿੱਤਾ? ਅਤੇ ਇਸੇ ਤਰ੍ਹਾਂ ਉਸਨੂੰ ਉਸ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਨੌਕਰੀ ਦਿੱਤੀ ਗਈ ਅਤੇ ਅੱਜ ਵੀ ਉਹ ਪੰਜਾਬ ਪੁਲਿਸ ਦੀ ਇੰਪਲੋਈ ਆ। ਉਹ ਕਿਸ ਹੈਸੀਅਤ 'ਚ ਦਿੱਤਾ ਗਿਆ ਕਿ ਪ੍ਰੋਟੈਕਟ ਕਰਨੇ ਨੇ ਅਕਿਊਜ਼ਡ ਜਿਹੜੇ ਨੇ, ਸੋ ਕਾਲਡ ਅਕਿਊਜ਼ਡ, ਅੱਜ ਤਾਂ ਕੇਸ ਚੱਲ ਰਿਹਾ, ਅੱਜ ਤਾਂ ਸਿੱਧ ਹੋਣਾ ਕਿ ਵਾਕਈ ਦੋਸ਼ੀ ਕੌਣ ਆ। ਪਰ ਇੱਕ ਵਾਰੀ CBI ਦੀ ਰਿਪੋਰਟ ਨੇ ਉਹਨਾਂ ਨੂੰ ਸਾਰਿਆਂ ਨੂੰ ਵਾਕਈ ਬਰੀ ਕਰ ਦਿੱਤਾ ਗਿਆ ਹੈਗਾ ਕਿ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ। ਸੋ ਇਹਦੇ ਨਾਲ ਜੁੜੇ ਹੋਏ ਕਈ ਅਨਆਂਸਰਡ ਕੁਐਸਚਨਸ ਨੇ ਜਿਹੜੇ ਕਿ ਅੱਜ ਵੀ ਇੱਕ ਜਵਾਬ ਮੰਗ ਰਹੇ ਨੇ, ਜੇ ਇਹਨਾਂ ਨੇ ਇਹਨਾਂ ਨੂੰ ਦੁਬਾਰਾ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਾ ਪਊਗਾ, ਜੇ ਇਹਨਾਂ ਨੇ ਕਲੈਰੀਫਿਕੇਸ਼ਨ ਦੇਣੀ ਆ। ਨਹੀਂ ਤਾਂ ਜਿਹੜੀ ਇਹਨਾਂ ਨੇ ਹੁਣ ਮਾਫ਼ੀਨਾਮਾ, ਭਾਵੇਂ ਇੰਟੈਂਸ਼ਨਸ, ਮੈਂ ਡਾਊਟ ਨਹੀਂ ਕਰਦਾ ਇੰਟੈਂਸ਼ਨ ਸੁਖਬੀਰ ਸਿੰਘ ਬਾਦਲ ਦੀਆਂ, ਪਰ ਜੇ ਇਹਨਾਂ ਦੀਆਂ ਇੰਟੈਂਸ਼ਨਸ ਵਾਕਈ ਕਲੀਅਰ ਨੇ ਤਾਂ ਫਿਰ ਜੇ ਬੀਬੀ ਜਗੀਰ ਕੌਰ ਜਾਂ ਹੋਰ ਪੰਥਕ ਹਲਕਿਆਂ 'ਚੋਂ, ਮੈਂ ਵੀ ਇਸ ਗੱਲ ਨੂੰ ਕਹਿ ਰਿਹਾ ਕਿ ਇਹ ਉਲੰਘਣਾ ਹੈਗੀ ਆ ਮਰਿਆਦਾ ਦੀ, ਕਿਉਂਕਿ ਜਿੰਨੇ ਵੀ ਹੁਣ ਤੱਕ ਹੋਏ ਨੇ ਮਾਫ਼ੀਨਾਮੇ ਜਾਂ ਜਿਹਨਾਂ ਨੂੰ ਕੋਈ ਗਲਤੀਆਂ ਹੋਈਆਂ ਨੇ ਪੰਥਕ ਰਵਾਇਤਾਂ ਬਾਰੇ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਾ ਕੇ ਸਨਮੁੱਖ ਹੋਏ ਨੇ। ਉਹ ਇੱਕ ਸਾਡਾ ਸਿੰਬਲ ਆ ਸਿੱਖ ਸੋਵਰੈਂਟੀ ਦਾ, ਉਸ ਅਸਥਾਨ ਦੀ ਆਪਣੀ ਇੱਕ ਅਹਿਮ ਅਸਥਾਨ ਹੈਗਾ, ਉਹਦੀ ਮਹੱਤਤਾ ਹੈਗੀ ਆ। ਬਿਲਕੁਲ, ਪਰ ਜਿੱਥੋਂ ਤੱਕ ਸਵਾਲ ਇਹ ਆ ਕਿ ਹੁਣ ਜਾਣਾ ਤੇ ਜਥੇਦਾਰਾਂ ਕੋਲ ਹੈ, ਜਾਣਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ, ਤੇ ਉਹਦੇ ਬਾਰੇ ਵੀ ਲੋਕਾਂ ਨੂੰ ਪਤਾ ਹੈ ਕਿ ਕੀ ਕੁਝ ਚੱਲਦਾ ਹੈ ਸ਼੍ਰੋਮਣੀ ਕਮੇਟੀ ਦੇ ਥਰੂ ਜਾਂ ਇਹਨਾਂ ਦੇ ਥਰੂ ਜਾਂ ਹੋਰ, ਮਤਲਬ ਇੱਧਰ ਉੱਧਰ ਦੀਆਂ ਗੱਲਾਂ ਜਿਹੜੇ ਸਵਾਲ ਉੱਠਦੇ ਨੇ ਕਿ ਜਿਵੇਂ RSS ਨੇ ਕਿਹਾ ਕਿ ਅਸੀਂ ਸਾਰਾ ਕੁਝ ਤੈਅ ਕਰਾਂਗੇ, ਤਾਂ ਫਿਰ ਉੱਥੇ ਕਿਵੇਂ ਯਕੀਨ ਬੱਝੇਗਾ? ਰਿਪੋਰਟਾਂ ਵੀ ਸਾਹਮਣੇ ਆ ਰਹੀਆਂ ਕਿ ਅਗਲੇ ਦਿਨਾਂ ਸ਼ਾਇਦ ਲੱਗਦਾ ਕਿ ਜਥੇਦਾਰ ਸਾਹਿਬ ਕੋਲ ਪਹੁੰਚ ਕੀਤੀ ਜਾਵੇ ਜਾਂ ਉਸ ਕਿਸਮ ਦੇ ਨਾਲ ਕੋਈ ਇਹੋ ਜਿਹਾ ਕੋਈ ਫੈਸਲਾ ਉੱਥੋਂ ਲਾਗੂ ਕਰਵਾ ਲਿਆ ਜਾਵੇ ਜਾਂ ਉਹੋ ਜਿਹੀ ਮੁਆਫੀ ਜਿਹੜੀ ਨਿੱਕੀ ਮੋਟੀ ਜਾਂ ਕਹਿ ਲਓ ਕਿ ਉਸ ਤਰੀਕੇ ਦਾ ਕੋਈ, ਮਤਲਬ ਕਿ ਤਨਖਾਹੀ ਅਕਰਾਰ ਦੇ ਦਿੱਤਾ ਜਾਏ ਜਾਂ ਜੋ ਵੀ ਹੋਏਗਾ। ਜੇ ਹੁਣ ਵੀ ਜਾ ਕੇ ਅੱਗੇ ਇਸ ਤੋਂ ਬਾਅਦ ਵੀ ਅਕਾਲ ਤਖ਼ਤ ਸਾਹਿਬ ਨੂੰ ਜਿਸ ਤਰ੍ਹਾਂ ਕਿ ਆਪਣੇ ਚਰਚਾ ਹੈਗੀ ਆ ਕਿ ਅੱਜ ਸਾਰੀਆਂ ਸੰਸਥਾਵਾਂ, ਪਹਿਲੇ 4 ਆਪਣੀਆਂ ਮੁੱਖ ਸੰਸਥਾਵਾਂ ਸੀਗੀਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਪਾਵਰ 'ਚ ਹੁੰਦਾ ਸੀ। ਇੱਕ ਸੀਗਾ ਚੀਫ ਮਿਨਿਸਟਰ, ਇੱਕ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ, ਇੱਕ ਸੀਗੇ SGPC ਦੇ ਪ੍ਰਧਾਨ, ਅਤੇ ਸਾਰਿਆਂ ਨਾਲੋਂ ਵੱਡਾ ਸੀਗਾ ਜਥੇਦਾਰ ਅਕਾਲ ਤਖ਼ਤ ਸਾਹਿਬ। ਹੁਣ ਇਹਨਾਂ ਨੇ ਆਪਣੇ ਸਿਸਟਮ ਦੇ ਨਾਲ, ਸਿਸਟਮੈਟਿਕ ਤਰੀਕੇ ਨਾਲ ਇਹਨਾਂ ਨੇ ਸਾਰਾ ਕੁਛ ਮਰਜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਚੀਫ ਮਿਨਿਸਟਰ ਥੱਲੇ ਲਿਆਂਦਾ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਟੈਨਵਰ ਸੀਗੀ। ਉਸ ਤੋਂ ਬਾਅਦ ਇਹ ਕੰਟੀਨਿਊ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ। ਆਪਾਂ ਦੇਖਦੇ ਹਾਂ ਕਿ ਜਦੋਂ ਬੀਬੀ ਜਗੀਰ ਕੌਰ ਨੇ ਵਿਦਰੋਹ ਕੀਤਾ ਲਾਸਟ ਈਅਰ, ਤਾਂ ਉਹਨਾਂ ਨੇ ਕਿਹਾ ਸੀ ਕਿ ਆਪਾਂ ਲਿਫਾਫਾ ਕਲਚਰ ਖਤਮ ਕਰੀਏ ਅਤੇ ਇਲੈਕਸ਼ਨ ਹੋਣੀ ਚਾਹੀਦੀ ਆ, ਜਿਸ ਕਰਕੇ ਉਹਨਾਂ ਨੂੰ ਐਕਸਪੈਲ ਕੀਤਾ ਗਿਆ ਪਾਰਟੀ ਵਿੱਚੋਂ। ਉਹ ਅੱਜ ਵੀ ਜਾਰੀ ਆ। ਹੁਣ ਵੀ ਦੇਖੋ, ਆਪਾਂ ਜਦੋਂ ਪ੍ਰਧਾਨ ਬਣੇ ਹਾਂ ਤਾਂ ਪਹਿਲੇ ਤੈਅ ਕੀਤਾ ਗਿਆ ਸੀ ਵੀ ਕੌਣ ਬਣੂਗਾ, ਜਿਸ ਸਾਰੇ ਅਧਿਕਾਰ ਜਿਹੜੇ ਹੈਗੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੇਤੇ ਸੀਗੇ। ਉਹ ਇੱਕ ਤਰ੍ਹਾਂ ਨਾਲ ਇਹ ਹੁੰਦਾ ਕਿ ਉਹਨਾਂ ਦੀ ਕਹੇ 'ਤੇ ਹੀ SGPC ਚੱਲ ਰਹੀ ਆ, ਉਹਨਾਂ ਦੇ ਕਹੇ 'ਤੇ ਹੀ ਜਥੇਦਾਰ ਅਕਾਲ ਤਖ਼ਤ ਸਾਹਿਬ ਚੱਲ ਰਹੇ। ਜੇ ਮਾੜਾ ਜਿਹਾ ਵੀ ਵਿਦਰੋਹ ਜਥੇਦਾਰ ਹਰਪ੍ਰੀਤ ਸਿੰਘ ਹੁਣਾਂ ਨੇ ਕੀਤਾ
ਤਾਂ ਉਹਨਾਂ ਨੂੰ ਵੀ ਵਾਪਸ ਦਮਦਮਾ ਸਾਹਿਬ ਭੇਜ ਦਿੱਤਾ ਗਿਆ ਹੈਗਾ। ਸੋ ਇਹ ਜਿਹੜਾ ਪ੍ਰਭਾਵ ਬਣਿਆ ਹੋਇਆ ਸਿੱਖ ਕੌਮ ਦੇ ਵਿੱਚ, ਇਸ ਨੂੰ ਹੁਣ ਟਾਈਮ ਹੈਗਾ ਕਿ ਜੇ ਇਹਨਾਂ ਨੇ ਵਾਕਈ ਆਪਣੀ ਕਰੈਕਟਿਵ ਮਈਅਸ ਵੱਲ ਪੈਣਾ, ਸੁਧਾਰ ਵੱਲ, ਤਾਂ ਇਹ ਚੀਜ਼ਾਂ ਸਾਰੀਆਂ ਇਹਨਾਂ ਨੂੰ ਰੀਰਾਈਟ ਕਰਨੀਆਂ ਪੈਣਗੀਆਂ, ਦੁਬਾਰਾ ਲਿਖੀਆਂ ਜਾਣੀਆਂ ਚਾਹੀਦੀਆਂ ਨੇ ਕਿ ਹਰ ਇੱਕ ਜਿਹੜੀ ਇੰਸਟੀਟਿਊਸ਼ਨ ਹੈਗਾ ਉਹਦੀ ਸਰ ਉੱਚਤਾ ਕਾਇਮ ਰਹਿਣੀ ਚਾਹੀਦੀ ਆ। ਅੱਛਾ, ਇਹ ਗਿੱਲ ਸਰ ਤੁਸੀਂ ਸ਼ਾਇਦ ਹੋਰ ਰਿਪੋਰਟਾਂ ਪੜ੍ਹੀਆਂ ਹੋਣੀਆਂ ਕਿ ਇਹ ਉਸੇ ਨੀਤੀ ਦਾ ਮਤਲਬ ਕਿ ਹਿੱਸਾ ਆ ਕਿ ਜਿਵੇਂ ਗੋਲਕਾਂ ਦੇ ਉੱਤੇ ਕਬਜ਼ੇ ਦੀ ਗੱਲ ਹੈ। ਮੈਂ ਸੁਬਰਾਮਣੀਅਮ ਸਵਾਮੀ ਉਹਨਾਂ ਨੂੰ ਤੁਸੀਂ ਸੁਣਿਆ ਹੋਣਾ, ਉਹਨਾਂ ਦੀ ਇੰਟਰਵਿਊ ਉਹਨਾਂ ਦੀ ਕਾਫੀ ਵਾਇਰਲ ਹੋਈ ਹੈ ਜਿਹਦੇ ਜ਼ਿਕਰ ਕਰ ਰਹੇ ਨੇ ਕਿ ਕਿਵੇਂ ਮੰਦਿਰਾਂ ਦੇ ਉੱਤੇ ਕਬਜ਼ੇ ਕਰਨ ਲਈ ਬੀਜੇਪੀ ਜਿਹੜੀ ਹੈ ਉਹ ਕਾਹਲੀ ਹੋਈ ਹੈ। ਇੱਕ ਦੋ ਥਾਂ ਤੇ ਕਹਿੰਦੇ ਮੈਂ ਕੇਸ ਜਿਹੜੇ ਨੇ ਉਹ ਅਦਾਲਤਾਂ ਵਿੱਚ ਲਿਜਾ ਕੇ ਉਹ ਜਿੱਤਿਆ, ਹੁਣ ਕਹਿੰਦੇ ਮਹਾਰਾਸ਼ਟਰ ਦੇ ਵਿੱਚ ਮਤਲਬ ਕਿ ਮੰਦਿਰਾਂ ਦੀਆਂ ਗੋਲਕਾਂ ਦੇ ਵਿੱਚ ਮੁੱਖ ਮੰਤਰੀ ਦੀ ਨਜ਼ਰ ਜਿਹੜੀ ਹੈ ਜਾਂ ਉਹਨਾਂ ਦੇ ਅਧੀਨ ਸਾਰਾ ਕੁਝ ਆ ਜਾਏਗਾ। ਇਹ ਸਾਰਾ ਕੁਝ ਕੀ ਇਹ ਇਹ ਉਸੇ ਸਟ੍ਰੈਟਜੀ ਦੇ ਉੱਤੇ ਚੱਲੇ ਤੇ ਹੁਣ ਵੀ ਇਹ ਉੱਤੇ ਚੱਲ ਰਹੇ ਨੇ ਕਿ ਜਿਵੇਂ ਮਤਲਬ ਕਿ SCBC ਵਿੰਗ ਦੇ ਪ੍ਰਧਾਨ ਲਾਉਣਾ ਜਾਂ ਉਹ ਸਾਰਾ ਕੁਝ ਇਹਨਾਂ ਦੇ ਵਿੱਚ ਉਸੇ ਢੰਗ ਉਸੇ ਤਰੀਕੇ ਦੇ ਨਾਲ ਉਹੀ ਢਾਂਚਾ ਉਵੇਂ ਉਵੇਂ ਅੱਗੇ ਤੋਰਨਾ। ਜਿਵੇਂ ਅੱਜ ਤੁਹਾਡੇ ਤੁਹਾਡੀ ਇੰਟਰਵਿਊ ਦੇ ਵਿੱਚ ਡਾਕਟਰ ਹਰਵਿੰਦਰ ਸਿੰਘ ਭੱਟੀ ਦੱਸ ਰਹੇ ਸੀਗੇ ਕਿ ਸਾਰੇ ਫਾਈਨੈਂਸ਼ੀਅਲ ਰਿਸੋਰਸਿਸ ਤੇ ਅੱਜ ਸਰ ਸੁਖਬੀਰ ਸਿੰਘ ਬਾਦਲ ਦਾ ਦਬਦਬਾ ਹੈਗਾ, ਚਾਹੇ ਕਬਜ਼ਾ ਕਹਿ ਲਓ ਚਾਹੇ ਦਬਦਬਾ ਕਹਿ ਲਓ, ਉਹ ਹੈ ਵੀ ਸਹੀ ਹੈ। ਜਿਸ ਜਿਸ ਤੋਂ ਇਹ ਚਾਹੁੰਦੇ ਆ, ਜਿਸ ਢੰਗ ਨਾਲ ਵਰਤਣਾ ਚਾਹੁੰਦੇ ਨੇ, ਇਹ ਉਸੇ ਤਰ੍ਹਾਂ ਚੱਲ ਰਹੀ। SGPC ਵੀ ਉਸੇ ਤਰ੍ਹਾਂ ਚੱਲ ਰਹੀ। ਹੁਣ ਤੁਸੀਂ ਦੇਖੋ ਵੀ ਇੰਨੇ ਜ਼ੋਰ ਸ਼ੋਰ ਨਾਲ ਇਹਨਾਂ ਨੇ ਪ੍ਰੋਟੈਸਟ ਮਾਰਚ ਰੱਖਿਆ ਸੀਗਾ ਦਿੱਲੀ ਦੇ ਵਿੱਚ 20 ਤਰੀਕ ਨੂੰ, 20 ਦਸੰਬਰ ਨੂੰ, ਜਿਹੜਾ ਕਿ ਰੋਸ ਮਾਰਚ ਇਹਨਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਕੇ ਇਹਨਾਂ ਨੇ ਰਾਸ਼ਟਰਪਤੀ ਭਵਨ ਜਾਣਾ ਸੀ ਤੇ ਉੱਥੇ ਜਾ ਕੇ ਮੈਮੋਰੈਂਡਮ ਦੀ ਸ਼ਕਲ ਵਿੱਚ ਸਾਰੇ ਉਹ ਜਿਹੜੇ 26 ਲੱਖ ਇਹਨਾਂ ਕੋਲੇ ਦਸਤਕ ਹੋਏ ਨੇ ਉਹ ਜਾ ਕੇ ਸਬਮਿਟ ਕਰਨੇ ਸੀਗੇ, ਭਾਵੇਂ ਰਾਸ਼ਟਰਪਤੀ ਨੇ ਇਹਨਾਂ ਨੂੰ ਟਾਈਮ ਨਹੀਂ ਦਿੱਤਾ ਗਾ ਹਜੇ ਤੱਕ। ਉਹ ਇਹਨਾਂ ਨੇ ਲਾਸਟ ਮੂਮੈਂਟ ਤੇ ਜਾ ਕੇ ਕੱਲ ਮੁਲਤਵੀ ਕਰਤਾ ਹੈਗਾ, ਮਤਲਬ ਕਿ ਉਹ ਇੱਕ ਨਮੋਸ਼ੀ ਜ਼ਾਹਰ ਹੁੰਦੀ ਹੈ ਕਿ ਪੰਥ ਅੱਜ ਲੜਖੜਾ ਰਿਹਾ, ਉਹ ਇੱਕ ਪ੍ਰੋਟੈਸਟ ਕਰਨ ਤੋਂ ਵੀ ਘਬਰਾ ਰਿਹਾ ਕਿ ਕਿਤੇ ਜਿਹੜੇ ਹੁਕਮਰਾਨ ਆ ਜਿਹਨਾਂ ਨੇ ਇਹਨਾਂ ਦੀ ਇੰਨੀ ਲੰਮੀ ਭਾਈਵਾਲਤਾ ਰਹੀ ਹੈਗੀ ਆ, ਉਹਨਾਂ ਸਾਹਮਣੇ ਕਿਸੇ ਤਰ੍ਹਾਂ ਦਾ ਵੀ ਇਹ ਕਨਫਰੰਟੇਸ਼ਨਲ ਇਸ਼ੂ ਰੱਖਣਾ ਨਹੀਂ ਚਾਹੁੰਦੇ। ਵੈਸੇ ਤੁਹਾਨੂੰ ਯਾਦ ਹੋਣਾ, ਆਪਾਂ ਪਹਿਲੀਆਂ ਆਪਣੀਆਂ ਇੰਟਰਵਿਊਆਂ ਵਿੱਚ ਜ਼ਿਕਰ ਕੀਤਾ ਸੀ ਵੀ ਜੇ ਇਹਨਾਂ ਨੇ ਨੈਗੋਸ਼ੀਏਸ਼ਨ ਵੱਲ ਚੱਲਣਾ ਹੈਗਾ ਤਾਂ ਫਿਰ ਇਹਨਾਂ ਨੂੰ ਕੋਈ ਕਨਫਰੰਟੇਸ਼ਨ ਵਾਲਾ ਇਸ਼ੂ ਉਠਾਉਣਾ ਨਹੀਂ ਚਾਹੀਦਾ ਜਿਸ ਤਰ੍ਹਾਂ ਦਾ ਮਾਰਚ ਰੱਖਿਆ ਸੀਗਾ। ਮੈਂ ਪਹਿਲੇ ਵੀ ਕਿਹਾ ਸੀ ਵੀ ਨਹੀਂ ਰੱਖਣਾ ਚਾਹੀਦਾ ਇਹਨਾਂ ਨੂੰ, ਜੇ ਇੱਕ ਪਾਸੇ ਚੱਲਣਾ ਤਾਂ ਫਿਰ ਇੱਕ ਪਾਸੇ ਚੱਲੋ ਨਾ, ਜਾਂ ਤਾਂ ਪ੍ਰੋਟੈਸਟ ਵਾਲੇ ਕਨਫਰੰਟੇਸ਼ਨ ਵੱਲ ਨੂੰ ਚੱਲੋ ਤੇ ਜਾਂ ਫਿਰ ਨੈਗੋਸ਼ੀਏਟਡ ਸੈਟਲਮੈਂਟ ਵੱਲ ਨੂੰ ਚੱਲੋ। ਪਰ ਇਹ ਆਪਾਂ ਨੂੰ ਲੱਗ ਰਿਹਾ ਕਿ ਜਿਸ ਤਰ੍ਹਾਂ ਦੀ ਅੱਜ SGPC ਜਾਂ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਹੈਗੀ ਆ ਕਿ ਇਹਨਾਂ ਦੇ ਕਹਿਣ ਤੇ ਇਹਨਾਂ ਨੇ ਸਪੈਸ਼ਲੀ ਜਿਹੜੇ 2 ਮੈਂਬਰ ਵੀ ਵਿੱਚ ਪਾਏ 5 ਮੈਂਬਰੀ ਕਮੇਟੀ ਵਿੱਚ ਵੀ, ਉਹ ਸਾਨੂੰ ਟਾਈਮ ਲੈ ਕੇ ਦੇਣਗੇ, ਉਹ ਵੀ ਹਜੇ ਤੱਕ ਟਾਈਮ ਲੈ ਕੇ ਦੇਣ ਵਿੱਚ ਨਾ ਕਾਮਯਾਬ ਰਹੇ ਆ। ਇਹ ਉਹਨਾਂ ਦੀ ਨਾ ਕਾਮਯਾਬੀ ਨੀਗੀ, ਇਹ ਇਹਨਾਂ ਦੀ ਜਿਹੜੀ ਪਾਵਰ ਪੋਜੀਸ਼ਨ ਹੈਗੀ ਅੱਜ ਇੰਡੀਅਨ ਪੋਲੀਟਿਕਸ ਦੇ ਵਿੱਚ ਉਹ ਇਸ ਮੁਕਾਮ ਤੇ ਆ ਗਈ ਆ ਕਿ ਇਹਨਾਂ ਨੂੰ ਕੰਸਿਡਰ ਹੀ ਨਹੀਂ ਕੀਤਾ ਜਾ ਰਿਹਾ। ਤੁਸੀਂ ਦੇਖੋ 2 ਅਲਾਇੰਸ ਬਣੇ ਨੇ, ਕਿੰਡੀ ਅਲਾਇੰਸ ਬਣਿਆ ਹੈਗਾ, ਦੂਸਰੇ ਪਾਸੇ NDA ਅਲਾਇੰਸ ਆ, ਇਹ ਦੋਨਾਂ ਅਲਾਇੰਸ ਚੋਂ ਬਾਹਰ ਆ।
ਤੇ ਪੰਜਾਬ ਵਿੱਚੋਂ ਵੈਸੇ ਨਿਰਧਾਰਿਤ ਹੋ ਚੁੱਕੇ ਨੇ ਉਹਦੀ ਪੋਲਿਟਿਕਸ ਵਿੱਚੋਂ, ਜਿਸ ਤਰ੍ਹਾਂ ਸਿਮਟ ਕੇ ਇਹਨਾਂ ਦਾ ਸੀਟ ਸ਼ੇਅਰ ਰਹਿ ਗਿਆ ਹੈਗਾ ਵਿਧਾਨ ਸਭਾ ਦੇ ਵਿੱਚ। ਜੇ ਇਹਨਾਂ ਨੇ ਸੀਰੀਅਸ ਹੁੰਦੇ ਸੁਖਵਿੰਦਰ, ਹੁਣ ਕਿੰਨੇ ਦਿਨਾਂ ਤੋਂ ਪਾਰਲੀਮੈਂਟ ਚੱਲ ਰਹੀ ਆ ਇੰਡੀਆ ਦੀ, ਉਹਦੇ ਵਿੱਚ ਇਹ ਦੋ ਮੈਂਬਰ ਹੈਗੇ ਆ, ਜੇ ਇਹ ਰੇਲਵੇ ਬਾਰੇ ਮੰਗਾਂ ਕਰ ਸਕਦੇ ਆ ਕਿ ਜੀ ਬਠਿੰਡੇ ਤੋਂ ਵਾਰਾਣਸੀ ਨੂੰ ਟ੍ਰੇਨ ਚੱਲਣੀ ਚਾਹੀਦੀ ਆ ਤੇ ਰੇਲਵੇ ਮਿਨਿਸਟਰ ਨਾਲ ਮੁਲਾਕਾਤਾਂ ਕਰ ਸਕਦੇ ਆ, ਤਾਂ ਫਿਰ ਇਹ ਇਸ ਬੰਦੀ ਸਿੰਘਾਂ ਦੇ ਇਸ਼ੂ ਤੇ ਜੇ ਵਿਕਰਮਜੀਤ ਸਿੰਘ ਸਾਹਨੀ ਇਸ਼ੂ ਉਠਾ ਸਕਦਾ ਜਿਹੜਾ ਆਪ ਦਾ ਰਾਜ ਸਭਾ ਮੈਂਬਰ ਆ, ਇਹਨਾਂ ਦੋਨਾਂ ਵੱਲੋਂ ਕਿਉਂ ਨੀ ਇਸ਼ੂ ਉਠਾਇਆ ਜਾ ਰਿਹਾ ਹੈ, ਇਹ ਵੀ ਤਾਂ ਸਵਾਲ ਖੜੇ ਕਰਦਾ ਨਾ। ਬਿਲਕੁਲ, ਇੰਨੇ ਦਿਨ ਤੋਂ ਪਾਰਲੀਮੈਂਟ ਚੱਲ ਰਹੀ ਆ, ਤੁਸੀਂ ਕੁਸ਼ਚਨ ਆਵਰ ਵਿੱਚ ਜਾਂ ਕਿਸੇ ਇਸ ਤਰ੍ਹਾਂ ਦੇ ਟਾਈਮ ਫਰੇਮ ਦੇ ਵਿੱਚ ਤੁਸੀਂ ਇਹ ਕਿਉਂ ਨੀ ਇਹ ਇਸ਼ੂ ਉਠਾ ਰਹੇ, ਇਹ ਇਹਨਾਂ ਦੀ ਸੰਜੀਦਗੀ ਵੀ ਸ਼ੋਅ ਕਰਦਾ ਹੈ। ਬਿਲਕੁਲ, ਜਿੱਥੇ ਤੱਕ ਸਵਾਲ ਹੈ ਕਿ ਬੀਜੇਪੀ ਦੇ ਨਾਲ ਤੁਰਨ ਦਾ ਜਾਂ ਬੀਜੇਪੀ ਇਹਨਾਂ ਨੂੰ ਨਾਲ ਲੈ ਕੇ ਤੁਰਦੀ ਹੈ ਜਾਂ ਨਹੀਂ ਤੁਰਦੀ, ਇਹਨੂੰ ਕਿਵੇਂ ਵੇਖਦੇ ਹੋ ਕਿ ਗੱਲ ਤਾਂ ਫਿਰ ਉੱਥੇ ਹੀ ਆ ਕੇ ਜਿੱਥੋਂ ਸ਼ੁਰੂ ਹੋਏ ਸੀ ਰੌਲੇ ਰੱਪੇ ਉੱਥੇ ਹੀ ਆ ਕੇ ਫਿਰ ਮੁੱਕ ਜਾਣੀ ਹੈ ਕਿ ਸਾਡਾ ਜਿਹੜਾ ਬੀਜੇਪੀ ਦੇ ਨਾਲ 9 ਮਾਸ ਦਾ ਰਿਸ਼ਤਾ ਆ, ਸਾਡੀ ਇਹਨਾਂ ਦੇ ਨਾਲ ਉਹੋ ਜਿਹੀ ਭਾਈਵਾਲੀ ਹੈ ਜਿਹੜੀ ਕਦੇ ਟੁੱਟ ਨਹੀਂ ਸਕਦੀ, ਠੀਕ ਹੈ ਉਹ ਇੱਕ ਦਿਖਾਵੇ ਮਾਤਰ ਜੋ ਚੱਲਿਆ। ਇਹਨਾਂ ਨੇ ਅੱਜ ਜਿਸ ਤਰ੍ਹਾਂ ਦੀ ਤਸਵੀਰ ਇਹ ਅੱਜ ਪੰਜਾਬ ਦੀ ਮਤਲਬ ਕਿ ਬਣਾ ਰਹੇ ਨੇ ਨਾ, ਉਹਦੇ ਚੋਂ ਮੈਨੂੰ ਯਾਦ ਆਉਂਦੇ ਚੰਦ ਲਾਈਨਾਂ ਕਿ ਇਹ ਤਸਵੀਰ ਨਹੀਂ ਪੰਜਾਬ ਦੀ, ਜਿੱਥੇ ਵਿਸਰੇ ਧਰਮ ਇਮਾਨ, ਜੋ ਪਹਿਰੇਦਾਰ ਪੰਜਾਬ ਦੇ ਸੌਂਗੇ ਲੰਮੀਆਂ ਤਾਂ। ਇਹ ਕਿਸੇ ਟਾਈਮ 'ਤੇ ਅਲੰਬਰਦਾਰ ਸੀਗੇ ਕਿ ਅਸੀਂ ਪੰਜਾਬ ਦੇ ਅਤੇ ਸਿੱਖ ਕੌਮ ਦੇ ਰਖਵਾਲੇ ਹੈਗੇ ਹਾਂ, ਅਸੀਂ ਉਹਦੇ ਇੰਟਰਸਟ ਜਿਹੜੇ ਆ ਸੇਫਗਾਰਡ ਕਰਾਂਗੇ। ਬੇਹਾਲ ਪੰਜਾਬ ਪਕਾਰ ਦਾ ਸਿਰਜੋ ਨਵੀਂ ਕਹਾਣੀ, ਅੱਜ ਹੁੱਕੀ ਹੁੱਕੀ ਹੋ ਰਹੇ ਮਾਖਿਓ ਮਿੱਠੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ, ਆਹ ਅੱਜ ਸਾਡੇ ਪੰਜਾਬ ਦੀ ਤਸਵੀਰ ਆ। ਮਤਲਬ ਕਿ ਇਹ ਉਸ ਤਸਵੀਰ ਨੂੰ ਉਸਾਰਨ ਵਿੱਚ ਇਹਨਾਂ ਦੀ ਕਾਫੀ ਵੱਡੀ ਭੂਮਿਕਾ ਹੈਗੀ ਉਸ ਵਿੱਚ, ਕਿਉਂਕਿ ਇਹ ਇੱਕ ਨਾਇਕ ਸੀਗੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ, ਜਿਸ ਤਰ੍ਹਾਂ ਪੰਜਾਬੀ ਸੂਬਾ ਬਣਿਆ ਜਿਹੜਾ ਹੁਣ ਆਪਣਾ ਇਸ ਟਾਈਮ ਦਾ ਪੰਜਾਬ ਹੈਗਾ, ਉਹਨੂੰ ਇਹਨਾਂ ਨੇ ਹੀ ਸੰਘਰਸ਼ਾਂ ਦੇ ਰਾਹੀਂ ਇਸ ਮੁਕਾਮ ਤੇ ਲਿਆਂਦਾ ਹੈਗਾ, ਜਿਹਦੀ ਹੁਣ ਤਸਵੀਰ ਮੈਂ ਤੁਹਾਡੇ ਸਾਹਮਣੇ ਰੱਖੀ ਹੈਗੀ ਆ। ਬਿਲਕੁਲ, ਅੱਛਾ ਇਹ ਇਹ ਸਾਰੇ ਦੇ ਵਿਚਾਲੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀਆਂ ਟਿੱਪਣੀਆਂ ਜਾਂ ਜੋ ਕੁਝ ਉਹ ਸਾਹਮਣੇ ਆ ਕੇ ਮੀਡੀਆ ਵਿੱਚ ਕਹਿੰਦੇ ਨੇ ਉਹ ਵੀ ਬੜੀ ਅਹਿਮੀਅਤ ਰੱਖਦਾ ਹੈ, ਹਾਲਾਂਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਸੀਗਾ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ, ਜਿਨ੍ਹਾਂ ਨੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ। ਹੁਣ ਕੁੰਵਰ ਵਿਜੇ ਪ੍ਰਤਾਪ ਵੀ ਇਹੀ ਗੱਲ ਦੁਹਰਾ ਰਹੇ ਨੇ ਕਿ ਇਹ ਰਾਜਨੀਤੀ ਦਾ ਬੇਅਦਬੀ ਵਾਲੇ ਮੁੱਦੇ ਦੇ ਉੱਤੇ ਜਾਂ ਬਰਗਾੜੀ ਕਾਂਡ ਜਾਂ ਕੋਟਕਪੂਰਾ ਗੋਲੀ ਕਾਂਡ ਇਹ ਸਾਰੇ ਦੇ ਉੱਤੇ ਕਹਿੰਦੇ 7ਵਾਂ ਅਧਿਆਇ ਸ਼ੁਰੂ ਹੋ ਗਿਆ, ਇਹਦੇ ਉੱਤੇ ਮੈਂ ਲਗਾਤਾਰ ਕਹਿੰਦੇ ਐਪੀਸੋਡ ਤੇ ਐਪੀਸੋਡ ਪਾ ਕੇ ਇਹਨੂੰ ਐਕਸਪੋਜ਼ ਕਰਾਂਗਾ। ਹਾਲਾਂਕਿ ਉਹ ਆਪਣੀ ਸਰਕਾਰ ਨੂੰ ਵੀ ਚੇਤੰਨ ਕਰ ਰਹੇ ਨੇ, ਪਰ ਜਦੋਂ ਉਹ ਇਹ ਸਵਾਲ ਚੁੱਕਦੇ ਨੇ ਤਾਂ ਇਹ ਸਿੱਧਾ ਸਿੱਧਾ ਜਾ ਕੇ ਅਕਾਲੀ ਦਲ ਦੀ ਸਿਆਸਤ ਤੇ ਕਾਂਗਰਸ ਦੀ ਸਿਆਸਤ ਜੋ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਰਿਹਾ ਉਹਦੇ ਤੇ ਵੀ ਚੁੱਕੇ ਜਾਂਦੇ ਨੇ ਕਿ ਉਹਨਾਂ ਕਿਸੇ ਨੇ ਕੱਖ ਨੀ ਕੀਤਾ ਇਸ ਸਾਰੇ ਮਾਮਲੇ ਦੇ ਵਿੱਚ, ਤੇ ਹੁਣ ਕਿਹੜੀ ਉਮੀਦ ਇਹੋ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ ਲੱਗਦੀ ਹੈ, ਹਾਲਾਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਵਾਲਾ ਦਿੰਦੇ ਨੇ ਕਿ ਉਹਨਾਂ ਦੀ ਕਚਹਿਰੀ ਦੇ ਵਿੱਚ ਸਭ ਕੁਝ ਚੱਲ ਰਿਹਾ। ਮੈਂ ਸੋਚਦਾ ਕਿ ਕੁੰਵਰ ਵਿਜੇ ਪ੍ਰਤਾਪ ਜਿਹੜੇ MLA ਨੇ ਆਪ ਦੇ ਅੰਮ੍ਰਿਤਸਰ ਨੌਰਥ ਤੋਂ, ਉਹ ਕਾਫੀ ਆਪਣੀ ਸਰਕਾਰ ਨਾਲ ਵੀ ਨਿਰਾਸ਼
ਦਿਖਾਈ ਦੇ ਰਹੇ ਨੇ ਤੇ ਜਿਸ ਤਰ੍ਹਾਂ ਤੇ ਉਹਨਾਂ ਤੇ ਨਿੱਜੀ ਅਟੈਕ ਹੋ ਰਹੇ ਹੈਗੇ ਪਰਸਨਲ, ਉੱਥੇ ਬਹਿਬਲ ਕਲਾਂ 'ਚ ਜਿਹੜਾ ਮੋਰਚਾ ਚੱਲ ਰਿਹਾ ਉਹਨਾਂ ਵੱਲੋਂ ਜਿਹੜੇ ਵਿਕਟਮ ਪਰਿਵਾਰ ਦੇ ਬੈਠੇ ਆ ਉੱਤੇ, ਉਸ ਚੀਜ਼ ਤੋਂ ਮੇਰਾ ਖਿਆਲ ਉਹ ਕਾਫੀ ਉਹਨਾਂ ਨੂੰ ਉਦਾਸੀਨਤਾ ਹੈਗੀ ਆ। ਉਸ ਵਿੱਚ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਹੈਗੇ ਆ ਕਿ ਜਿਹੜੀ ਮੈਂ ਇਨਵੈਸਟੀਗੇਸ਼ਨ ਕੀਤੀ, ਭਾਵੇਂ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਸੀ ਸਾਰੀ ਦੀ ਸਾਰੀ, ਵੀ ਉਸ ਚੀਜ਼ ਦੇ ਵਿੱਚ ਮੈਂ ਜਿਸ ਉਹ ਪੱਖ ਰੱਖਣਾ ਚਾਹੁੰਦਾ ਸੀਗਾ ਉਹ ਪੱਖ ਆਹ ਨੇ, ਜਿਸ ਦੀ ਕਿਤੋਂ ਵੀ ਪੁਸ਼ਟੀ ਨਹੀਂ ਹੋ ਰਹੀ। ਉਹਨਾਂ ਨੇ ਜੋ ਇਨਵੈਸਟੀਗੇਸ਼ਨਸ ਕੀਤੀਆਂ ਨੇ, ਹੁਣ ਉਸ ਤੋਂ ਬਾਅਦ ਨਵੀਂ SIT ਬਣੀਆਂ ਨੇ, ਉਹਨਾਂ ਦੀਆਂ ਫਾਈਂਡਿੰਗਸ ਬਿਲਕੁਲ ਡਿਫਰੈਂਟ ਨੇ ਜੋ ਇਹਨਾਂ ਦੀਆਂ ਫਾਈਂਡਿੰਗਸ ਸੀਗੀਆਂ। ਸੋ ਹੁਣ ਇਹ ਵੀ ਆਪਾਂ ਦੇਖ ਰਹੇ ਹਾਂ ਕਿ ਉਹ ਜਿਹੜਾ ਕੇਸ ਹੈਗਾ ਬੇਅਦਬੀ ਦਾ ਸਾਰਾ, ਉਹ ਇਸੇ ਰੌਲੇ ਘਚੋਲੇ ਵਿੱਚ ਡੀਰੇਲ ਹੋ ਰਿਹਾ, ਉਹ ਸਗੋਂ ਲੀਹਾਂ ਤੋਂ ਲਹਿ ਰਿਹਾ ਹੈਗਾ। ਹਜੇ ਕਿਸੇ ਚੱਲ ਹੀ ਨਹੀਂ ਰਿਹਾ ਕੇਸ, ਉਹ ਤਰੀਕ ਤੇ ਤਰੀਕ ਪੈ ਰਹੀ ਹੈਗੀ ਆ, ਕਿਉਂਕਿ ਜਿਹੜਾ ਡੇਰਾ ਪ੍ਰੇਮੀਆਂ ਦਾ ਅਕਿਊਜ਼ਡ ਹੈਗੇ ਆ ਉਹਨਾਂ ਨੇ ਤਾਂ ਕੇਸ ਉੱਥੋਂ ਮੂਵ ਕਰਾ ਲਿਆ ਫਰੀਦਕੋਟ ਤੋਂ, ਉਹ ਤਾਂ ਕੇਸ ਤਬਦੀਲ ਹੋ ਕੇ ਚੰਡੀਗੜ੍ਹ ਆ ਗਿਆ, ਤੇ ਹਜੇ ਉਹ ਕੇਸ ਚੱਲਣਾ ਹੈਗਾ। ਸੋ ਇਸ ਦੇ ਵਿੱਚ ਉਹ ਆਪਣਾ ਇੱਕ ਸਥਾਨ ਲੱਭ ਰਹੇ ਨੇ ਕਿ ਮੇਰੀ ਜਿਹੜੀ ਭੂਮਿਕਾ ਹੈਗੀ ਆ ਉਹ ਕੀ ਭੂਮਿਕਾ ਰਹੀ ਆ, ਤੇ ਮੇਰੇ ਕੋਲ ਕੀ ਤੱਥ ਨੇ ਉਹ ਲੋਕਾਂ ਸਾਹਮਣੇ ਰੱਖਣੇ ਉਹਨਾਂ ਨੇ ਚਾਹੁੰਦੇ ਨੇ, ਮੈਂ ਕਹਿੰਦਾ ਰੱਖਣੇ ਚਾਹੀਦੇ ਨੇ, ਉਹਨਾਂ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਇੰਨਾ ਲੰਮਾ ਚਿਰ ਤਫਤੀਸ਼ ਕੀਤੀ ਹੈਗੀ, ਕਿਉਂਕਿ ਉਹ ਅਪਰਾਈਟ ਆਫਿਸਰ ਵਜੋਂ ਜਾਣੇ ਜਾਂਦੇ ਸੀਗੇ ਕਿ ਜਿਹੜੇ ਬੜੇ ਇਮਾਨਦਾਰ ਤੇ ਹੱਕ ਸੱਚ ਲਈ ਖੜਨ ਵਾਲੇ ਆਫਿਸਰ ਹੈਗੇ ਆ, ਤੇ ਉਹਨਾਂ ਨੂੰ ਇਹ ਰੱਖਣਾ ਹੀ ਚਾਹੀਦਾ ਪੱਖ, ਤਾਂ ਕਿ ਆਪਣੇ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਸਕੇ ਕਿ ਅਸਲ ਸੱਚਾਈ ਹੈ ਕੀ ਆ। ਇਸ ਪੂਰੇ ਮਾਮਲੇ ਤੇ ਸੁਖਰਾਜ ਸਿੰਘ ਹੋਰੀ ਵੀ ਤਾਂ ਲੱਗੇ ਨੇ, ਉਹ ਕਹਿੰਦੇ ਕਿ ਮੈਂ ਮਰਨ ਵਰਤੇ ਬੈਠਾ ਜੇ ਚਲਾਨ ਨਾ ਪੇਸ਼ ਕੀਤਾ। ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਬਾਦਲਾਂ ਦੇ ਉੱਤੇ ਹੁਣ ਅਕਾਲੀ ਦਲ ਦੀ ਸਿਆਸਤ ਦੇ ਨਾਲ ਮਤਲਬ ਕਿ ਬਹੁਤ ਵੱਡਾ ਪ੍ਰੈਸ਼ਰ ਬਣਨ ਜਾ ਰਿਹਾ ਕਿ ਜੇ ਚਲਾਨ ਪੇਸ਼ ਹੁੰਦਾ ਕਿ ਇੱਥੋਂ ਤਾਂ ਮਾਫ਼ੀ ਮੰਗ ਜਾਓਗੇ ਤੁਸੀਂ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਕਿਸੇ ਵੀ ਢੰਗ ਨਾਲ, ਪਰ ਉੱਥੇ ਜਿਹੜੀ ਇਹ ਦੁਨਿਆਵੀ ਅਦਾਲਤ ਚੱਲ ਰਹੀ ਹੈ ਉਹਦੇ ਤੋਂ ਤੁਸੀਂ ਕਿਸ ਢੰਗ ਦੇ ਨਾਲ ਬਚੋਗੇ ਜੇ ਸ਼ਿਕੰਜਾ ਕੱਸਿਆ ਜਾਂਦਾ ਉਧਰੋਂ, ਬਿਕਰਮ ਅਜੀਠੀ ਵਾਲਾ ਮਾਮਲਾ ਉੱਧਰ ਵੀ ਨਸ਼ਿਆਂ ਦੇ ਮਾਮਲੇ ਚ ਉਹਨਾਂ ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ, ਇੱਧਰੋਂ ਇਹਨਾਂ ਤੇ ਕੱਸਿਆ ਜਾ ਰਿਹਾ, ਅਲਟੀਮੇਟਮ ਤੇ ਅਲਟੀਮੇਟਮ ਦਿੱਤੇ ਜਾ ਰਹੇ ਨੇ। ਜੇ ਹੁਣ ਜਿਸ ਤਰ੍ਹਾਂ ਇਹ ਸੁਲਤਾਨਪੁਰ ਲੋਧੀ ਵਾਲਾ ਗੁਰਦੁਆਰਾ ਸਾਹਿਬਾਨ ਵਾਲਾ ਇਸ਼ੂ ਉਠਾ ਰਹੇ ਆ, ਜਦਕਿ ਇਹਨਾਂ ਦੇ ਆਪ ਦਾ SGPC ਦਾ ਰਹਿ ਚੁੱਕੇ ਜਨਰਲ ਸੈਕਟਰੀ ਗਰੇਵਾਲ, ਗਰਜਨ ਗਰੇਵਾਲ, ਉਹ ਇਹ ਕਹਿ ਚੁੱਕੇ ਕਿ ਉਹ ਤਾਂ ਗੁਰਦੁਆਰਾ ਸਾਹਿਬ ਹੈ ਹੀ ਨਹੀਂ ਗਾ, ਇੱਕ ਬੁੰਗਾ ਹੈਗਾ ਉਹ ਜਾਂ ਕੋਈ ਹੋਰ ਤਰ੍ਹਾਂ ਦਾ ਅਸਥਾਨ ਹੈਗਾ। ਤੇ ਉੱਥੇ ਜਿਹੜੀ ਫਾਇਰਿੰਗ ਹੋਈ ਆ ਪੁਲਿਸ ਦੇ ਨਾਲ, ਨਿਹੰਗਸ ਦੇ ਨਾਲ, ਜੇ ਉਹਨੂੰ ਇਹ ਏਡਾ ਸੀਰੀਅਸ ਮੁੱਦਾ ਉਠਾ ਰਹੇ ਆ ਵੀ ਬੜੀ ਵੱਡੀ ਵਾਇਲੇਸ਼ਨ ਹੋਈ ਆ, ਤੇ ਫਿਰ ਜਿਹੜੀ ਹੁਣ ਉੱਥੇ ਗੋਲੀ ਚੱਲੀ ਸੀ, ਤਾਂ ਫਿਰ ਜੇ ਹੁਣ ਕਹਿੰਦੇ ਭਗਵੰਤ ਮਾਨ ਦੀ ਚੀਫ ਮਿਨਿਸਟਰ ਦੇ ਸਹਿਮਤੀ ਨਾਲ ਚੱਲੀ ਹੈਗੀ ਆ ਜਾਂ ਉਹਨਾਂ ਦੇ ਆਰਡਰ ਤੇ ਚੱਲੀ ਆ, ਤੇ ਫਿਰ ਇਹਦਾ ਮਤਲਬ ਇਹ ਇਕਬਾਲ ਕਰ ਰਹੇ ਆ ਕਿ ਜੋ ਕੋਟਕਪੂਰੇ ਵਿੱਚ ਫਾਇਰਿੰਗ ਹੋਈ ਆ ਤੇ ਬਹਿਬਲ ਕਲਾਂ ਵਿੱਚ ਫਾਇਰਿੰਗ ਹੋਈ ਆ ਉਹ ਇਹਨਾਂ ਦੀ ਆਰਡਰਸ ਤੇ ਹੋਈ ਹੈਗੀ ਆ। ਮਤਲਬ ਕਿ ਇਹ ਇਹਨਾਂ ਦੀ ਜਿੰਨੀ ਸਿਆਸਤ ਹੈਗੀ ਆ ਸੁਖਵਿੰਦਰ, ਸਾਰੀ ਕੰਟਰਾਡਿਕਟਰੀ ਹੈਗੀ ਆ। ਕਿਸ ਤਰ੍ਹਾਂ ਇਹਨਾਂ ਨੇ ਪਹਿਲੇ ਬਾਬੇ ਨੂੰ ਮਾਫ਼ ਕੀਤਾ, ਮਾਫ਼ੀਨਾਮਾ ਲਿਖਾਇਆ, ਜਦਕਿ ਇਹ ਵੀ ਸਵਾਲ ਉੱਠ ਰਹੇ ਆ ਕਿ ਉਹਦੇ ਤਾਂ ਥੱਲੇ ਸਾਈਨ ਵੀ ਨਹੀਂ ਸੀ ਕੀਤੇ ਹੋਏ, ਵੀ ਉਹ ਚਿੱਠੀ ਵੀ ਕਿਸੇ ਹੋਰ ਨੇ ਲਿਖੀ ਹੋਈ ਸੀਗੀ। ਉਹ ਚੀਜ਼ ਨੂੰ ਡਿਫੈਂਡ ਕਰਨ ਲਈ ਇਹਨਾਂ ਨੇ ਇੰਨਾ ਸਰਮਾਇਆ ਪੰਥ ਦਾ ਲਾਇਆ,
ਉਹਦਾ ਜਵਾਬਦੇਹ ਕੌਣ ਹੈਗਾ? ਕਿਉਂਕਿ ਜਦੋਂ ਇਹ ਮਾਫ਼ੀਨਾਮਾ ਕਰਦੇ ਨੇ ਉਹਦੇ ਨਾਲ ਹੋਰ ਬੜੇ ਵੱਡੇ ਸਵਾਲ ਖੜ੍ਹੇ ਹੋ ਜਾਂਦੇ ਆ ਕਿ ਜਿਹੜੇ ਇਸ ਤਰ੍ਹਾਂ ਦਾ ਇਹਨਾਂ ਨੇ ਡਿਫੈਂਡ ਕੀਤਾ ਬਾਬੇ ਨੂੰ, ਉਹਦੇ ਪੋਸਟਰਾਂ ਦੇ ਅੱਗੇ ਪਹਿਰੇਦਾਰ ਲਾਈ ਪੁਲਿਸ, ਜਿਹੜੇ ਬਾਬੇ ਦੇ ਮੂਵੀ ਦੇ ਪੋਸਟਰ ਸੀਗੇ, ਤੇ ਉਸ ਚੀਜ਼ ਨੂੰ ਕੌਣ, ਉਹਨੂੰ ਕੌਣ ਡਿਫਾਈਨ ਕਰੂਗਾ ਵੀ ਉਹ ਕਿਹਦੇ ਆਰਡਰਸ ਤੇ ਹੋ ਰਿਹਾ ਸੀਗਾ? ਸੋ ਇਸ਼ੂਜ਼, ਮਤਲਬ ਕਿ ਇਹ ਵੀ ਇਸ਼ੂ ਹੈਗਾ ਪੁਖਤਾ ਦੇ ਨਾਲ ਮੈਂ ਕਹਿ ਸਕਦਾ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੇ ਪੰਨੇ ਪਾੜੇ ਗਏ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਬਾਅਦ ਵਿੱਚ ਰਿਕਵਰ ਹੋ ਗਿਆ ਸੀਗਾ, ਤੇ ਉਹ ਰਿਕਵਰ ਹੋ ਕੇ ਕਿਹੜੇ ਜਿਹੜੇ ਵੀ ਪੁਲਿਸ ਆਫਿਸਰ ਨੇ ਆਪਣੇ ਕਬਜ਼ੇ 'ਚ ਉਹ ਲਿਆ, ਉਹਦਾ ਕੀ ਹੋਇਆ, ਉਹ ਹੈ ਕਿੱਥੇ ਆ? ਇਹ ਵੀ ਤਾਂ ਜਵਾਬ ਮਤਲਬ ਕਿ ਦੇਣਾ ਪਊ ਨਾ ਕਿਸੇ ਸਰਕਾਰ ਨੂੰ, ਜਾਂ ਇਹ ਦੱਸਣ ਕਿ ਉਹ ਰਿਕਵਰ ਹੀ ਨਹੀਂ ਹੋਇਆ। ਪਰ ਜਿਹੜੇ IO ਉੱਥੇ ਰਹਿ ਚੁੱਕੇ ਨੇ, ਜਿਹੜੇ ਤਫਤੀਸ਼ ਕਰ ਰਹੇ ਸੀ ਆਫਿਸਰਸ, ਉਹਨਾਂ ਨੇ ਮੈਨੂੰ ਆਪ ਫਸਟ ਹੈਂਡ ਇਨਫੋਰਮੇਸ਼ਨ ਦਿੱਤੀ ਆ ਕਿ ਉਹ ਬਕਾਇਦਾ ਰਿਕਵਰ ਹੋਇਆ ਹੈਗਾ ਕਿਸੇ ਪ੍ਰੇਮੀ ਦੇ ਘਰ ਤੋਂ, ਕਿਸੇ ਪਿੰਡ ਵਿੱਚ ਕਿਸੇ ਘਰ 'ਚੋਂ ਰਿਕਵਰ ਹੋਇਆ ਹੈਗਾ ਉਹ। ਉਸ ਤੋਂ ਬਾਅਦ ਕੋਈ ਪੁਲਿਸ ਦਾ ਜਿਹੜਾ ਜਾਂਚ ਦਾ ਆਫਿਸਰ ਸੀਗਾ ਉਹ ਆਪਣੇ ਨਾਲ ਲੈ ਗਿਆ, ਉਹ ਕਿੱਥੇ ਗਿਆ? ਲੋਕਾਂ ਸਾਹਮਣੇ ਕਿਉਂ ਨਹੀਂ ਇਹ ਤੱਥ ਆਏ? ਉਹ ਇਹ ਵੀ ਕਹਿ ਰਹੇ ਹੈਗੇ ਆ ਕਿ ਜਿਹੜਾ ਗੁਰਦੇਵ ਪ੍ਰੇਮੀ ਨੂੰ ਪੁਲਿਸ ਵੱਲੋਂ ਚੱਕਿਆ ਜ਼ਰੂਰ ਗਿਆ ਹੈਗਾ, ਪਰ ਉਹਦੇ ਬਾਰੇ ਕੋਈ ਤਫਤੀਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਹਨੂੰ ਛੱਡਣਾ ਪਿਆ। ਈਵਨ ਜਦੋਂ CBI ਦਾ ਕੇਸ 'ਚ ਇੰਟਰਵੈਂਸ਼ਨ ਹੋ ਜਾਂਦੀ ਆ, ਉਹਨਾਂ ਨੇ ਵੀ ਗੁਰਦੇਵ ਨੂੰ ਬੁਲਾਇਆ ਪਰ ਉਹਨਾਂ ਨੂੰ ਵੀ ਗੁਰਦੇਵ ਨੂੰ ਛੱਡਣਾ ਪਿਆ। ਸੋ ਇਸ ਕਰਕੇ ਇਸ ਚੀਜ਼ ਬਾਰੇ ਤਾਂ ਡਿਫਾਈਨ ਕਰਨਾ ਹੀ ਪਊਗਾ। ਬਿਲਕੁਲ ਗਿੱਲ ਸਾਹਿਬ, ਜਿੱਥੋਂ ਤੱਕ ਸਵਾਲ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਆਇਆ, ਕੇਜਰੀਵਾਲ ਸਾਹਿਬ ਬਠਿੰਡਾ ਆਏ ਹੋਏ ਸੀ, ਉੱਥੋਂ ਸਟੇਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਕਰ ਕੀਤਾ ਕਿ ਹੁਣ 5 ਟੱਬਰ ਸੀ, ਉਹ ਕਹਿੰਦੇ 2 ਇਹਨਾਂ ਦੇ ਟੱਬਰ, ਜੋ 2 ਉਹਨਾਂ ਦੇ ਟੱਬਰ, ਜੋ ਇੱਕ ਪਾਕਿਸਤਾਨ ਤੋਂ, ਸ਼ਾਇਦ ਹਰੂਸਾ ਆਲਮ ਦੇ ਵੱਲ ਇਸ਼ਾਰਾ ਕੀਤਾ ਹੋਣਾ। ਉਹਨਾਂ ਨੇ ਕਿਹਾ ਕਿ ਹੁਣ ਹਰਸਿਮਰਤ ਕੌਰ ਬਾਦਲ ਰਹਿ ਗਏ, ਉਹਨਾਂ ਨੂੰ ਹਰਾਉਣਾ ਤੁਸੀਂ, ਲੋਕਾਂ ਨੂੰ ਸੰਬੋਧਿਤ ਹੋ ਕੇ ਇਹ ਗੱਲ ਕੀਤੀ, ਇਹ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਕਿ ਇੱਕ ਪਾਸੇ ਤੇ ਸੰਗਰੂਰ ਵਾਲੀ ਸੀਟ ਇਹਨਾਂ ਦੇ ਹੱਥੋਂ ਗਈ, ਜਲੰਧਰ ਵਾਲੀ ਉਪ ਚੋਣ ਇਹਨਾਂ ਨੇ ਕਾਂਗਰਸ ਚੋਂ ਜਿਹੜੇ ਸੀਗੇ ਉਹਨਾਂ ਨੂੰ ਨਾਲ ਲਿਆ ਕੇ ਸੁਸ਼ੀਲ ਰਿੰਕੂ ਨੂੰ ਉਸ ਤਰੀਕੇ ਨਾਲ ਜਿੱਤੀ, ਹੁਣ ਇਹ 14 ਸੀਟਾਂ ਜਿੱਤਣ ਦਾ ਦਾਅਵਾ ਕਰਦੇ ਨੇ, ਤੇ ਹਰਸਿਮਰਤ ਕੌਰ ਬਾਦਲ ਦੇ ਉੱਤੇ ਆ ਕੇ ਟੇਕ ਰੱਖ ਲਈ ਕਿ ਇੱਕ ਵਾਰੀ ਇਹਨਾਂ ਨੂੰ ਹਰਾ ਦਈਏ ਤੇ ਫਿਰ ਉਸ ਤੋਂ ਬਾਅਦ ਜੋ ਸਾਡੀ ਸਿਆਸਤ ਜਿਹੜੀ ਆ ਬਠਿੰਡੇ ਵਾਲੀ ਉਹ ਸਾਡੇ ਕਬਜ਼ੇ 'ਚ ਹੋਏਗੀ, ਕੁੱਝ ਇਸ ਤਰੀਕੇ ਦੇ ਨਾਲ ਜਿਵੇਂ ਬਿਆਨ ਕੀਤਾ। ਨਹੀਂ, ਨੈਚੁਰਲੀ ਜਿਹੜਾ ਅੱਜ ਇਹਨਾਂ ਨੇ ਬਿਆਨ ਦਿੱਤਾ, ਉੱਥੇ ਜਿਹੜਾ ਇਹਨਾਂ ਨੇ ਇਕੱਠ ਕੀਤਾ ਸੀ ਤੇ ਇੱਕ ਪ੍ਰੋਜੈਕਟ ਨਵੇਂ ਲਾਂਚ ਕੀਤੇ ਹੈਗੇ ਆ 1100 ਕਰੋੜ ਦੇ, ਹਨਾ, ਉਹਦੇ ਵਿੱਚ ਇਹਨਾਂ ਨੇ ਆਪਣਾ ਮੁੱਖ ਏਮ ਦੱਸਿਆ ਕਿ ਅਸੀਂ ਬਠਿੰਡੇ ਵਾਲੀ ਸੀਟ 'ਚੋਂ ਜਿਹੜੀ ਇੱਕੋ ਇੱਕ ਬਾਦਲ ਫੈਮਿਲੀ 'ਚੋਂ ਮੈਂਬਰ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਹਰਾਉਣਾ, ਪਰ ਦੂਜਾ ਮੈਂਬਰ ਇੱਕ ਹੋਰ ਸੁਖਬੀਰ ਸਿੰਘ ਬਾਦਲ ਵੀ ਤਾਂ ਫਿਰੋਜ਼ਪੁਰ ਸੀਟ ਤੋਂ ਮੈਂਬਰ ਪਾਰਲੀਮੈਂਟ, ਇੱਕ ਥੋੜਾ ਦੋ ਸੀਟਾਂ ਨੇ ਨਾ ਇਹਨਾਂ ਕੋਲੇ, ਤੇ ਉਹ ਜਿਹੜੀ ਮੇਰਾ ਖਿਆਲ ਆ ਉਹ ਤਾਂ ਇੱਕ ਪੋਲੀਟੀਕਲ ਸਟੇਟਮੈਂਟਸ ਹੈਗੀਆਂ ਨੇ। ਆਪਾਂ ਦੇਖੋ ਵੀ ਅੱਜ ਤੱਕ ਇਹ ਬਹਿਲ ਬਹੁਤ ਘੱਟ ਹੋਇਆ ਹੈਗਾ ਕਿ ਜਿਹੜੀ ਸਰਕਾਰ ਬਣੀ ਹੋਵੇ ਤੇ ਉਹ 3 ਮਹੀਨਿਆਂ ਦੇ ਅੰਦਰ ਜਿਹੜੀ ਆਪ ਦੀ ਚੀਫ ਮਿਨਿਸਟਰ ਭਗਵੰਤ ਮਾਨ ਦੀ ਕੰਸਟੀਚੁਐਂਸੀ ਹੋਵੇ ਉਹਦੇ 'ਚ ਵੋਟ ਹਾਰ ਜੇ, ਤੇ ਜਿਹੜੀ ਦੂਸਰੀ ਵੀ ਬਾਏ ਇਲੈਕਸ਼ਨ ਹੋਈ ਆ ਉਹਦੇ ਲਈ ਵੀ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੈਗੇ ਆ ਉਹਨਾਂ ਕੋਲੇ ਆਪਣਾ ਕੈਂਡੀਡੇਟ ਹੀ ਹੈ ਨਹੀਂ ਸੀ ਕੋਈ,
ਜਦ ਕਿ 92 MLA ਹੈਗੇ ਆ, ਪਰ ਮੈਂਬਰ ਪਾਰਲੀਮੈਂਟ ਲਈ ਇਹਨਾਂ ਕੋਲ ਆਪਣਾ ਕੋਈ ਕੈਂਡੀਡੇਟ ਹੀ ਹੈ ਨਹੀਂ ਸੀਗਾ। ਸੋ ਇਹ ਸ਼ੋ ਕਰਦਾ ਕਿ ਸਰਕਾਰ ਦੀ ਇੱਕ ਤਰ੍ਹਾਂ ਨਾਲ ਜਿਹੜੀ ਪੰਜਾਬ ਸਰਕਾਰ ਆ ਉਹ ਵੀ ਇੱਕ ਤਰ੍ਹਾਂ ਨਾਲ ਬੈਂਕਰਪਟ ਸਰਕਾਰ ਹੈਗੀ ਆ, ਖੋਖਲੇ ਆਪਣੇ ਡਰੰਮ ਵਜਾ ਰਹੇ ਨੇ ਉਹ। ਹਜੇ ਜਦੋਂ ਇਲੈਕਸ਼ਨਸ ਹੋਣਗੀਆਂ ਉਦੋਂ ਪਤਾ ਲੱਗੂਗਾ ਕਿ ਕਿਹੜੇ ਕੈਂਡੀਡੇਟਸ ਇਹ ਖੜ੍ਹੇ ਕਰਦੇ ਆ, ਕੀ ਇਹਨਾਂ ਨੂੰ ਆਪਣੇ ਕੈਂਡੀਡੇਟਸ ਹੀ ਖੜ੍ਹੇ ਕਰਦੇ ਆ, ਕਿ ਉਹ ਵੀ ਇਹਨਾਂ ਨੂੰ ਦੂਸਰੀਆਂ ਪਾਰਟੀਆਂ ਤੋਂ ਮੰਗਣੇ ਪੈਣੇ ਆ। ਬਿਲਕੁਲ, ਉੱਪਰ ਕੇਂਦਰੀ ਸਿਆਸਤ ਦੇ ਵਿੱਚ ਕੀ ਹੋ ਰਿਹਾ ਉਹਦਾ ਜ਼ਿਕਰ ਕਰਦੇ ਹਾਂ ਆਪਾਂ ਕਿ ਪਾਕਿਸਤਾਨ ਆਕੂਪਾਈਡ ਕਸ਼ਮੀਰ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਬਿਆਨ ਕਾਫੀ ਚਰਚਾ ਦੇ ਵਿੱਚ ਰਹਿ ਰਹੇ ਨੇ। ਧਾਰਾ 370 ਦੇ ਨੂੰ ਜਿਸ ਤਰੀਕੇ ਨਾਲ ਹਟਾਉਣ ਨੂੰ ਲੈ ਕੇ ਜਿਵੇਂ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ, ਇਹ ਗੱਲਾਂ ਕਾਫੀ ਚਰਚਾ ਦੇ ਵਿੱਚ ਰਹਿ ਰਹੀਆਂ ਨੇ। ਉੱਧਰ ਪਾਰਲੀਮੈਂਟ ਦੇ ਵਿੱਚ ਜੋ ਕੁਝ ਹੋਇਆ ਕਿ ਉਹ ਸਮੋਕ ਬੰਬ ਜਿਹੜਾ ਉਹ ਚਲਾਇਆ ਗਿਆ ਉਸ ਤਰੀਕੇ ਦੇ ਨਾਲ, ਉਹਨੂੰ ਲੈ ਕੇ ਵੀ ਕਾਫੀ ਚਰਚਾ। ਇਹ ਸਭ ਇਹ ਜੋ ਵਰਤਾਰਾ ਨੈਸ਼ਨਲ ਪੱਧਰ ਦੇ ਉੱਤੇ ਵਾਪਰ ਰਿਹਾ। ਇੱਕ ਹੋਰ ਖਬਰ ਬੜੀ ਅਹਿਮ ਕਿ ਉੱਧਰੋਂ BSF ਵੀ ਇਹ ਗੱਲ ਕਹਿ ਰਹੀ ਹੈ ਕਿ 250-300 ਜਿਹੜੇ ਅੱਤਵਾਦੀ ਨੇ ਉੱਧਰਲੇ ਪਾਸੇ ਪਾਕਿਸਤਾਨ ਵਾਲੇ ਪਾਸੇ ਮਤਲਬ ਕਾਫੀ ਐਕਟਿਵ ਬੈਠੇ ਨੇ ਉਹ, ਮਤਲਬ ਆਪਣੀ ਕਾਰਵਾਈ ਨੂੰ ਅੰਜਾਮ ਦੇਣ ਲਈ, ਜਾਂ ਇੱਦਾਂ ਕਹਿ ਲਓ ਕਿ ਇੱਧਰ ਅੱਤਵਾਦੀ ਹਮਲਾ ਕਰਨ ਦੇ ਲਈ ਭਾਰਤ ਦੇ ਅੰਦਰ। ਇਹ ਕੀ ਇਸ਼ਾਰੇ ਕਰਦਾ ਕਿ ਖਬਰ ਤਾਂ ਹੁਣ ਬਾਹਰ ਜੇ ਇਸ ਤਰੀਕੇ ਨਾਲ ਕੱਢੀ ਹੈ ਤਾਂ ਉਹ ਕਿਤੇ ਨਾ ਕਿਤੇ ਕਿਸੇ ਤਰੀਕੇ ਨਾਲ ਤਾਂ ਉਹ ਮਤਲਬ ਕਿ ਉਹ ਵਾਪਰ ਸਕਦਾ, ਹੋ ਸਕਦਾ ਕਿ ਕੋਈ ਵੱਡਾ ਅੱਤਵਾਦੀ ਹਮਲਾ 2024 ਤੋਂ ਪਹਿਲਾਂ ਸਾਨੂੰ ਦੇਖਣ ਨੂੰ ਮਿਲ ਸਕਦਾ ਧਾਰਾ 370 ਦੇ ਉਸ ਵਿੱਚ। ਇਸ ਬਾਰੇ ਜਿਹੜੇ ਉੱਥੋਂ ਦੇ ਰਹਿ ਚੁੱਕੇ ਗਵਰਨਰ ਨੇ ਸਤਿਆਪਾਲ ਮਲਿਕ, ਉਹ ਤਾਂ ਪਹਿਲੀ ਵਾਰ ਵਾਰ ਆਪਣੇ ਇੰਟਰਵਿਊਸ ਦੇ ਵਿੱਚ ਜ਼ਿਕਰ ਕਰ ਸਕਦੇ ਵੀ ਕੋਈ ਵੀ ਇੰਸੀਡੈਂਟ ਹੋ ਸਕਦਾ ਜਾਂ ਕਰਾਇਆ ਜਾ ਸਕਦਾ, ਇਹ ਵੀ ਗੱਲ ਕਹਿ ਰਹੇ ਆ ਨਾ, ਕਿਉਂਕਿ ਉਹ ਪੁਲਵਾਮਾ ਬਾਰੇ ਵੀ ਕਹਿ ਰਹੇ ਆ ਕਿ ਇਹ ਸਾਰਾ ਸਰਕਾਰ ਦੀ ਅਣਗਹਿਲੀ ਕਰਕੇ ਐਡਾ ਵੱਡਾ ਇੰਸੀਡੈਂਟ ਹੋਇਆ ਜਿਹਦੇ 'ਚ 40+ ਜਿਹੜੇ ਸੀਗੇ ਭਾਰਤੀ ਜਿਹੜੇ ਆਰਮੀ ਦੇ ਨੌਜਵਾਨ ਸੀਗੇ ਉਹ ਸ਼ਹੀਦ ਹੋਏ ਨੇ। ਸੋ ਇਸ ਕਰਕੇ ਉਹਦੀ ਕੈਜ਼ੁਅਲਟੀ ਬਣੇ ਨੇ ਉਸ ਐਪੀਸੋਡ ਦੀ। ਉਹ ਵਾਰ ਵਾਰ ਇਹ ਜ਼ਿਕਰ ਕਰ ਰਹੇ ਆ ਜਿਸ ਤਰ੍ਹਾਂ ਦੀ ਇਹ ਅਸਰਟਿਵ ਜਾਂ ਕਹਿ ਲਓ ਕਿ ਆਪਣੀ ਇੱਕ ਦਿਖਾ ਰਹੇ ਹੈਗੀ ਆ ਕਿ ਅਗਾਂਹ ਵਧੂ ਆਪਣੇ ਸਟੈਪਸ ਦਿਖਾ ਰਹੇ ਆ ਕਿ ਸਾਨੂੰ 370 ਦੀ ਹੁਣ ਸੁਪਰੀਮ ਕੋਰਟ ਵੱਲੋਂ ਵੀ ਮਾਨਤਾ ਮਿਲ ਗਈ ਹੋਈ ਆ। ਇਸ ਕਰਕੇ ਆਪਣੇ ਆਪ ਨੂੰ ਅਸਰਟ ਕਰਨਾ ਚਾਹ ਰਹੇ ਹੈਗੇ ਆ ਇਹ ਕਿ ਸਾਡੀ ਜਿਹੜੀ ਹੈਗੀ ਆ ਜੋ ਕਸ਼ਮੀਰ ਦੀ ਸਾਡੀ ਪੋਲਿਸੀ ਆ ਉਹ ਹੀ ਇੱਕ ਮਤਲਬ ਕਿ ਸਹੀ ਦਿਸ਼ਾ ਵੱਲ ਚੱਕਿਆ ਹੋਇਆ ਕਦਮ ਹੈਗਾ। ਜਦਕਿ ਜੋ ਕਸ਼ਮੀਰ ਵਿੱਚ ਅੱਜ ਹਾਲਾਤ ਨੇ ਆਪਾਂ ਜੇ ਦੇਖੀਏ ਆਜ਼ਾਦੀ 370 ਤੇ ਉਹਨਾਂ ਦਾ ਸੂਬਾ ਜਿਹੜਾ ਸਟੈਟਸ ਆ ਉਹ ਹਟਾਇਆ ਹੈਗਾ, ਉਹਨਾਂ ਦਾ ਪੱਧਰ ਜਿਹੜਾ ਹਟਾ ਕੇ ਇੱਕ ਯੂਨੀਅਨ ਟੈਰੀਟਰੀ ਵਿੱਚ ਕਨਵਰਟ ਕੀਤਾ, ਉਦੋਂ ਬਾਅਦ ਵਾਇਲੈਂਸ ਉੱਥੇ ਵਧੀ ਹੈਗੀ ਆ। ਜ਼ਿਆਦਾ ਫੌਜੀ ਜਾਂ ਜਿਹੜੇ ਜਵਾਨ ਨੇ ਸਿਕਿਉਰਿਟੀ ਫੋਰਸਿਸ ਦੇ ਉਹ ਜ਼ਿਆਦਾ ਨੰਬਰ ਵਿੱਚ ਉੱਥੇ ਮਾਰੇ ਗਏ ਨੇ। ਇਸ ਚੀਜ਼ ਨੂੰ ਇਹ ਲੁਕੋ ਰਹੇ ਆ, ਜੇ ਤੁਸੀਂ ਨੰਬਰ ਵਾਈਜ਼ ਮੇਰੇ ਕੋਲ ਹੁਣ ਫਿਗਰ ਹੈ ਨਹੀਂ ਗੀ, ਵੈਸੇ ਮਤਲਬ ਕਿ ਐਗਜੈਕਟ ਫਿਗਰਸ ਵੱਲ ਜੇ ਤੁਸੀਂ ਜਾਓ ਤਾਂ ਉਹਦੇ ਵਿੱਚ ਸ਼ੋ ਹੁੰਦਾ ਕਿ ਅੱਗੇ ਨਾਲੋਂ ਜਿਹੜਾ ਵਾਇਲੈਂਸ ਦਾ ਲੈਵਲ ਹੈਗਾ ਉਹ ਕਈ ਗੁਣਾ ਜ਼ਿਆਦਾ ਵਧਿਆ। ਅਤੇ ਦੂਸਰੇ ਪਾਸੇ ਜਿਹੜਾ ਹੋਰ ਵਰਤਾਰਾ ਕਸ਼ਮੀਰ 'ਚ ਵਾਪਰ ਰਿਹਾ ਜਿਸ ਦਾ ਪੰਜਾਬ ਵੀ ਸ਼ਿਕਾਰ ਹੋਇਆ ਆਫਟਰ ਸਿੱਖ ਸਟਰਗਲ, ਕਿ ਉੱਥੇ ਨਸ਼ੇ ਦਾ ਵਰਤਾਰਾ ਬਹੁਤ ਵੱਡੇ ਪੱਧਰ 'ਤੇ ਵੱਧ ਗਿਆ ਹੋਇਆ। ਹਰ ਐਵਰੀ 12 ਮਿੰਟ ਬਾਅਦ ਇੱਕ ਨਵਾਂ ਮਰੀਜ਼ ਸ਼੍ਰੀਨਗਰ ਦੇ ਹਸਪਤਾਲ ਵਿੱਚ ਆਉਂਦਾ ਹੈਗਾ ਜਿਹੜਾ ਕਿ ਡਰੱਗ ਅਡਿਕਟ ਹੈਗਾ। ਕਿ ਉੱਥੇ ਲੜਕੀਆਂ ਅਤੇ ਲੜਕੇ ਜਿਹੜੇ ਨੌਜਵਾਨ ਨੇ
ਉਹ ਲਗਾਤਾਰ ਡਰੱਗ ਕਲਚਰ ਦੇ ਸ਼ਿਕਾਰ ਹੋ ਰਹੇ ਨੇ ਤੇ ਉੱਥੇ ਡੈਥਸ ਵੀ ਹੋ ਰਹੀਆਂ ਨੇ, ਜਦਕਿ ਉਹ ਬੜੀ ਘੱਟ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਉੱਥੇ ਮਤਲਬ ਕਿ ਲੱਖਾਂ 'ਚ ਹੁਣ ਰਜਿਸਟਰ ਹੋਏ ਨੇ ਜਿਹੜੇ ਵਾਕਈ ਨੋਨ ਜਿਹੜੇ ਡਰੱਗ ਯੂਜ਼ਰਸ ਨੇ। ਇਹ ਵੀ ਇੱਕ ਇਹਨਾਂ ਦੀ ਪਾਲਿਸੀ ਹੈਗੀ ਆ ਕਿ ਉਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਡਿਵਰਟ ਕੀਤੇ। ਪਹਿਲੇ ਇਸ ਤਰ੍ਹਾਂ ਦਾ ਵਰਤਾਰਾ ਕਸ਼ਮੀਰ ਵਿੱਚ ਦੇਖਿਆ ਨਹੀਂ ਸੀਗਾ, ਇਸੇ ਤਰ੍ਹਾਂ ਪੰਜਾਬ ਵਿੱਚ ਵੀ 90s ਦੇ ਵਿੱਚ ਕਿਸੇ ਤਰ੍ਹਾਂ ਦਾ ਇਹ ਜੋ ਹੁਣ ਡਰੱਗ ਦਾ ਜਿਸ ਤਰ੍ਹਾਂ ਹੁਣ ਆਪਣਾ ਸੂਬਾ ਭਾਰਤ ਵਿੱਚ ਨੰਬਰ 1 ਤੇ ਆ ਰਿਹਾ ਹੈਗਾ ਵੀ ਜਿੱਥੇ ਸਾਰਿਆਂ ਨਾਲੋਂ ਜ਼ਿਆਦਾ ਡਰੱਗ ਕੇਸਿਸ ਰਜਿਸਟਰ ਹੋ ਰਹੇ ਆ ਤੇ ਰਿਕਵਰੀ ਹੋ ਰਹੀਆਂ ਹੈਗੀਆਂ ਤੇ ਜਿਸ ਤਰ੍ਹਾਂ ਡਰੱਗ ਓਵਰਡੋਜ਼ ਦੇ ਨਾਲ ਡੈਥਸ ਹੋ ਰਹੀਆਂ ਨੇ, ਇਹ ਵਰਤਾਰਾ 90s ਦੇ ਵਿੱਚ ਸ਼ੁਰੂ 90s ਦੇ ਜਦੋਂ ਸਿੱਖ ਸਟਰਗਲ ਚੱਲਦਾ ਸੀ ਇਸ ਤਰ੍ਹਾਂ ਦਾ ਕੋਈ ਨਹੀਂ ਸੀ। ਉਸ ਦੇ ਬਾਅਦ ਵੇਨ ਆਊਟ ਹੋਣ ਤੋਂ ਬਾਅਦ ਇਹ ਇੱਕਦਮ ਡਰੱਗ ਕਲਚਰ ਆਇਆ, ਉਹ ਵੀ ਸਿੰਥੈਟਿਕ ਡਰੱਗਸ ਦਾ ਤੇ ਜਿਹੜੀਆਂ ਹਾਰਡ ਡਰੱਗਸ ਨੇ। ਬਿਲਕੁਲ, ਇਹਨੂੰ ਸਮਝ ਸਕਦੇ ਹਾਂ ਕਿ ਕਿਵੇਂ ਨਸਲਕੁਸ਼ੀ ਕਹਿ ਸਕਦੇ ਹਾਂ ਕੀਤੀ ਜਾ ਰਹੀ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਕਿ ਘਾਟੀ ਦੇ ਵਿੱਚ ਇਹ ਕਹਿੰਦੇ ਨੇ ਕਿ ਸ਼ਾਂਤੀ ਹੈ, ਪਰ ਉੱਥੋਂ ਦੇ ਜਿਸ ਤਰ੍ਹਾਂ ਦੀਆਂ ਖ਼ਬਰਾਂ ਜਾਂ ਜਿਵੇਂ ਦੇ ਨਤੀਜੇ ਹੌਲੀ ਹੌਲੀ ਸਾਹਮਣੇ ਆਉਣਗੇ ਸਾਡੇ ਨਿੱਤਰ ਕੇ ਆਉਂਦੀਆਂ ਹੀ ਰਹਿੰਦੀਆਂ ਰਿਪੋਰਟਾਂ। ਗਿੱਲ ਸਾਹਿਬ, ਆਖਰੀ ਖ਼ਬਰੋਂ ਜਿਹੜੀ ਨਿਖਿਲ ਗੁਪਤਾ ਵਾਲਾ ਮਸਲਾ ਆ, ਗੁਰਪਤਵੰਤ ਪੰਨੂ ਵਾਲਾ, ਉਹ ਹਾਲੇ ਭਾਰਤ ਦੀਆਂ ਏਜੰਸੀਆਂ ਜਾਂ ਭਾਰਤ ਸਰਕਾਰ ਦਾ ਪਿੱਛਾ ਛੱਡਣ ਦਾ ਨਾਮ ਨਹੀਂ ਲੈ ਰਿਹਾ, ਉਹਦੇ ਵਿੱਚ ਨਵੀਆਂ ਤੋਂ ਨਵੀਆਂ ਅਪਡੇਟਸ ਆ ਰਹੀਆਂ, ਹੁਣ ਕਿਸ ਤਰੀਕੇ ਦੀਆਂ ਜਿਹੜੀਆਂ ਰਿਪੋਰਟਾਂ ਛਾਇਆ ਹੋ ਰਹੀਆਂ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਇਓ। ਜਿਹੜੀ ਉਹਨਾਂ ਬਾਰੇ ਆ ਰਹੀ ਹੈਗੀ, ਉਹਨਾਂ ਦੀ ਫੈਮਿਲੀ ਨੇ ਸੁਪਰੀਮ ਕੋਰਟ ਮੂਵ ਕੀਤੀ ਹੈ ਕਿ ਨਿਖਿਲ ਗੁਪਤਾ ਨੇ ਕਿ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਵੇ ਇੰਡੀਅਨ ਗਵਰਨਮੈਂਟ ਵੱਲੋਂ, ਕਿ ਉਹਨਾਂ ਨੂੰ ਇਲੀਗਲ ਹਿਰਾਸਤ ਵਿੱਚ ਰੱਖਿਆ ਹੋਇਆ ਚੈੱਕ ਰਿਪਬਲਿਕ ਦੇ ਵਿੱਚ। ਪਹਿਲੇ ਲੋਅਰ ਕੋਰਟ ਵਿੱਚ ਜਿਹੜਾ ਉਹਨਾਂ ਦਾ ਚੱਲਿਆ ਹੈਗਾ 30 June ਤੋਂ ਬਾਅਦ ਕੇਸ ਚੱਲਿਆ, ਉੱਥੇ ਉਹ ਹਾਰ ਗਏ ਐਕਸਟ੍ਰੈਡੀਸ਼ਨ ਦਾ। ਹੁਣ ਉਹਨਾਂ ਕੋਲ ਅਗਲੀ ਕੋਰਟ ਵਿੱਚ ਉਹਨਾਂ ਨੇ ਅਪੀਲ ਕੀਤੀ ਹੈਗੀ ਆ, ਉਹ ਇੱਕ ਪ੍ਰੋਸੈਸ ਹੈਗਾ ਲੀਗਲ ਬਿਫੋਰ ਕਿ ਉਹ ਐਕਸਟ੍ਰੈਡਿਟ ਜਾਂ ਉਹਨਾਂ ਦੀ ਹਵਾਲਗੀ ਹੁੰਦੀ ਅਮਰੀਕਾ ਦੇ ਵਿੱਚ। ਪਰ ਉਹਨਾਂ 'ਤੇ ਜਿਹੜੇ ਉਹਨਾਂ ਵੱਲੋਂ FIR ਦਰਜ ਕੀਤੀ ਗਈ, ਜਾਂ ਆਪਾਂ FIR ਕਹਿੰਦੇ ਹਾਂ, ਉਹ ਇੰਡਾਈਟਮੈਂਟ ਕਹਿੰਦੇ ਹੈਗੇ ਆ, ਉਹਦੇ 'ਚ ਉਹਨਾਂ 'ਤੇ ਪੁਖਤਾ ਦੋਸ਼ ਲਾਏ ਗਏ ਨੇ ਕਿਸ ਤਰ੍ਹਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈਗੀ ਆ ਇੱਕ ਉੱਥੋਂ ਦੇ ਅਮੈਰੀਕਨ ਨਾਗਰਿਕ ਨੂੰ ਜੋ ਕਿ ਸਿੱਖ ਐਕਟਿਵਿਸਟ ਹੈਗਾ ਉਹਦੇ ਕਤਲ ਕਰਵਾਉਣ ਦੀ। ਉਸ ਚੀਜ਼ ਵਿੱਚ ਜਿਹੜਾ ਹੈਗਾ ਹੁਣ ਜਿਹੜੀ ਨਵੀਂ ਰਿਪੋਰਟ ਆਈ ਹੈਗੀ ਆ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ ਹੈਗੀ ਆ ਸਟੇਟ ਡਿਪਾਰਟਮੈਂਟ ਨੂੰ, ਜਿਹੜਾ ਉੱਥੋਂ ਦਾ US ਦਾ ਸਟੇਟ ਡਿਪਾਰਟਮੈਂਟ ਆ, ਕਿ ਇੰਡੀਆ 'ਚ ਜਿਸ ਤਰ੍ਹਾਂ ਦੀਆਂ ਇਹ ਟਰਾਂਸਨੈਸ਼ਨਲ ਡਿਪਰੈਸ਼ਨ ਹੋ ਰਿਹਾ ਹੈਗਾ, ਇੱਕ ਆਪਣੇ ਬਾਰਡਰਾਂ ਤੋਂ ਬਾਹਰ ਨਿਕਲ ਕੇ ਦੂਸਰੇ ਬਾਰਡਰਾਂ ਵਿੱਚ ਇਨਫਿਲਟਰੇਟ ਕਰਕੇ ਉੱਥੋਂ ਦੇ ਨਾਗਰਿਕਸ ਨੂੰ ਆਪਣੇ ਜਿਹੜੇ ਭਾਰਤ ਦੇ ਖਿਲਾਫ ਡਿਸੀਡੈਂਟਸ ਹੈਗੇ ਆ ਜਾਂ ਖਿਲਾਫ ਬੋਲਦੇ ਹੈਗੇ ਉਹਨਾਂ ਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹਦੇ ਨਾਲ ਇਹ ਡਾਇਰੈਕਟ ਉਲੰਘਣਾ ਹੈਗੀ ਆ ਹਿਊਮਨ ਰਾਈਟਸ ਵਾਇਲੇਸ਼ਨ ਦੀ। ਤੇ ਇਸ ਨੂੰ ਉਹਨਾਂ ਨੇ ਸਟੇਟ ਡਿਪਾਰਟਮੈਂਟ ਨੂੰ ਵੀ ਕਿਹਾ ਤੇ US ਐਡਮਿਨਿਸਟ੍ਰੇਸ਼ਨ ਦੇ ਪ੍ਰੈਜ਼ੀਡੈਂਟ ਨੂੰ ਵੀ ਕਿਹਾ ਉਹਨਾਂ ਨੇ ਕਿ ਇੰਡੀਆ ਨੂੰ ਉਹ ਡੈਜ਼ੀਗਨੇਟ ਕਰਨ ਐਜ਼ ਏ ਕੰਟਰੀ ਆਫ ਪਰਟੀਕੁਲਰ ਕੰਸਰਨ। ਜਦੋਂ ਇਸ ਤਰ੍ਹਾਂ ਦੀ ਡੈਜ਼ੀਗਨੇਸ਼ਨ ਲਈ ਉਹ ਕਿਹਾ ਜਾਂਦਾ ਹੈਗਾ, ਉਹ 2020 ਤੋਂ 2020 ਤੋਂ ਲਗਾਤਾਰ ਇਹ ਮੰਗ ਕਰ ਰਹੀ ਉਹ ਸੰਸਥਾ ਜਿਹੜੀ ਹੈਗੀ ਆ ਉਹ US ਗੌਰਮੈਂਟ ਦੀ ਸੰਸਥਾ ਹੈਗੀ ਆ
ਪਰ ਇੰਡੀਪੈਂਡੈਂਟ ਬੋਡੀ ਹੈਗੀ ਆ ਜਿਹੜੀ ਉਹ ਕਮਿਸ਼ਨ ਆ, ਉਹਨਾਂ ਦੀ ਇਸ ਵਾਰੀ ਵੀ ਬਹੁਤ ਜਿਹੜੀ ਸਟਰੋਂਗ ਵਰਡਡ ਉਹਨਾਂ ਦੀ ਆਈ ਹੈਗੀ ਆ। ਡੇਵਿਡ ਕਰੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਸਟੇਟ ਡਿਪਾਰਟਮੈਂਟ ਨੂੰ ਇੱਕ ਹੇਅਰਿੰਗ ਦੇ ਵਿੱਚ ਕਿ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਹੈਗਾ ਭਾਰਤ ਸਰਕਾਰ ਦਾ ਉਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ, ਅਤੇ ਉਸ ਕਰਕੇ ਜਿਸ ਤਰ੍ਹਾਂ ਵਾਇਲੇਸ਼ਨਸ ਉੱਥੇ ਰਿਲੀਜੀਅਸ ਬੇਸਿਸ 'ਤੇ ਮਨਿਓਰਟੀਜ਼ ਦੇ ਨਾਲ ਹੋ ਰਹੀਆਂ ਨੇ, ਅਤੇ ਜਿਸ ਤਰ੍ਹਾਂ ਮਨਿਓਰਟੀਜ਼ ਨੂੰ ਟਾਰਗੇਟ ਕੀਤਾ ਜਾ ਰਿਹਾ, ਚਾਹੇ ਉਹਨਾਂ 'ਤੇ ਕੇਸ ਬਣਾਏ ਜਾ ਰਹੇ ਆ, ਜਿਸ ਤਰ੍ਹਾਂ ਪ੍ਰੈਸ ਦੀ ਫਰੀਡਮ 'ਤੇ ਹਮਲੇ ਹੋ ਰਹੇ ਹੈਗੇ ਆ, ਉਸ ਕਰਕੇ ਇਸ ਕੰਟਰੀ ਨੂੰ ਬ੍ਰੈਕਟ ਕੀਤਾ ਜਾਵੇ ਐਸ ਕੰਟਰੀ ਆਫ ਪਰਟੀਕੁਲਰ ਕੰਸਰਨ, ਅਤੇ ਇਹਨਾਂ ਪ੍ਰਤੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਉਹਨਾਂ ਵਿੱਚ ਦੁਬਾਰਾ ਵਿਚਾਰ ਹੋਣਾ ਚਾਹੀਦਾ। ਸ਼ੁਕਰੀਆ ਗਿੱਲ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ ਸਿਕੰਦਰ।